ready? काम की गल करिए। हाँ जी, सो सत श्री अकाल दोस्तों, मैं हाँ प्रतीक सिंह राय, स्वागत है तुहाडा साडे शो जी दा नाम है दो गल्लां कार च। गाणा तुसीं सुनी लिया, बहुत ही घैंट आवाज दे मालिक जी हाँ दोस्तों। सो आपां बुलाउने आ जी भाई गुरजैज नूं। ਜੀ ਵਗੈਰਾ ਦੇ ਵਿੱਚ ਸੀਗਾ ਮੈਂ ਉਦੋਂ ਸਕੂਲ ਦੇ ਵਿੱਚ ਸੈਟਰਡੇ ਵਾਲੇ ਦਿਨ ਹੁੰਦੇ ਸੀਗੇ ਛੋਟੇ ਜਿਹੇ ਫੰਕਸ਼ਨ ਹੁੰਦੇ ਹੁੰਦੇ ਜਿਹੜੇ ਆਪਣੇ ਸਕੂਲਾਂ ਦੇ ਵਿੱਚ ਸੋ ਉੱਥੇ ਗਾਉਂਦਾ ਹੁੰਦਾ ਸੀਗਾ ਮੈਂ ਉੱਥੋਂ ਤੋਂ ਮਤਲਬ ਸ਼ੁਰੂ ਤੋਂ ਹੀ ਇਹ ਸਿੰਗਿੰਗ ਨਾਲ ਤਾਣਾ ਬਾਣਾ ਜੁੜਿਆ ਹੋਇਆ ਹੈ ਸ਼ੁਰੂ ਤੋਂ ਹੀ ਤਾਣਾ ਬਾਣਾ ਜੁੜਿਆ ਸੀ ਬਸ ਉੱਥੇ ਹੌਲੀ ਹੌਲੀ ਵੱਡੇ ਹੁੰਦੇ ਰਹੇ ਸਕੂਲਾਂ ਵਾਲੇ ਜਿਹੜੇ ਆਪਣੇ ਪੰਜਾਬ ਬੋਰਡ ਦੇ ਸਕੂਲਾਂ 'ਚ ਪੜ੍ਹੇ ਆ ਉੱਥੇ ਫਿਰ ਫੰਕਸ਼ਨ ਹੁੰਦੇ ਸੀਗੇ ਉੱਥੇ ਗਾਉਂਦੇ ਸੀਗੇ ਉੱਥੇ ਵਧੀਆ ਪੋਜੀਸ਼ਨਾਂ ਆਉਂਦੀਆਂ ਰਹੀਆਂ ਹੌਲੀ ਹੌਲੀ ਮੈਂ ਜਦੋਂ 8ਵੀਂ 9ਵੀਂ ਦੇ ਵਿੱਚ ਸੀਗਾ ਮਤਲਬ ਜਦੋਂ ਮੇਰੇ ਸ਼ੋਜ਼ ਵਗੈਰਾ ਲੱਗਣ ਲੱਗ ਗਏ ਸੀ ਠੀਕ ਹੈ ਜੀ ਕੀ ਬਾਤ ਹੈ ਭਾਈ ਸ਼ੁਰੂਆਤ ਇਦਾਂ ਹੋਈ ਕਿ ਸਟਾਰਟਿੰਗ ਦੇ ਵਿੱਚ ਗਏ ਮੇਲਿਆਂ ਤੇ ਜਾਂਦੇ ਸੀਗੇ ਹਨਾ ਆਪ ਅਪਰੋਚ ਕਰਦੇ ਹੁੰਦੇ ਮੇਰੇ ਫਾਦਰ ਸਾਹਿਬ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਕੀ ਬਾਤ ਹੈ ਕੀ ਬਾਤ ਹੈ ਉਹਨਾਂ ਨੇ ਨੇੜੇ ਤੇੜੇ ਪਿੰਡਾਂ ਜਿੰਨੇ ਵੀ ਮੇਲੇ ਹੋਣੇ ਹਨਾ ਉਹਨਾਂ ਨੂੰ ਕਹਿਣਾ ਵੀ ਮੇਰੇ ਬੇਟੇ ਨੇ ਗਾਉਣਾ ਮੈਂ ਇੱਕ ਗਾਣਾ ਗਾਉਂਦਾ ਹਨਾ ਹੌਲੀ ਹੌਲੀ ਦੋ ਗਾਣੇ ਤੇ ਤਿੰਨ ਗਾਣੇ ਤੇ ਚਾਰ ਗਾਣੇ ਤੇ ਆ ਗਏ ਤੇ ਹੌਲੀ ਹੌਲੀ ਇਦਾਂ ਹੋਇਆ ਕਿ ਅਸੀਂ ਜਦੋਂ ਮੈਂ ਕਿਤੇ ਹੁੰਦਾ 11ਵੀਂ 12ਵੀਂ 'ਚ ਸੀਗਾ ਉਦੋਂ ਸੋ ਮੈਂ ਕੀ ਕਰਦਾ ਹੁੰਦਾ ਸੀਗਾ ਮੈਂ ਕਿਸੇ ਟੂਰਨਾਮੈਂਟ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਅਪਰੋਚ ਕਰ ਲੈਂਦਾ ਸੀ ਬਾਈ ਤੁਸੀਂ ਮੈਨੂੰ ਗਾਉਣ ਦਾ ਟਾਈਮ ਦੇ ਦਿਓ ਮੈਂ ਸਾਜੀ ਆਪਦੇ ਪੈਸਿਆਂ ਦੇ ਲੈ ਆਉਂਗਾ ਕੀ ਬਾਤ ਹੈ ਇਹ ਤੇ ਭਾਜੀ ਇਹ ਰਹੀ ਗੱਲ ਹਨਾ ਵੀ ਤੁਸੀਂ ਇੰਨੀ ਸ਼ੁਰੂਆਤ ਕੀਤੀ ਇਹ ਏਜ 'ਚ ਭਾਜੀ 8th 10th 12th 'ਚ ਤੁਹਾਨੂੰ ਜਿਹੜੀ ਸਿੰਗਿੰਗ ਦੀ ਬੇਸਿਕਲੀ ਉਹ ਮਤਲਬ ਕਲੀਅਰ ਸੀ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਨੇ ਨਹੀਂ ਸੰਗੀਤ ਹਾਂ ਸੰਗੀਤ ਤਾਂ ਇਦਾਂ ਦੀ ਚੀਜ਼ ਹੈ ਵੀ ਇਹ ਸਾਰੀ ਉਮਰ ਬੰਦਾ ਸਿੱਖਦਾ ਰਹੇ ਫਿਰ ਵੀ ਨਹੀਂ ਆਉਂਦਾ ਕੀ ਬਾਤ ਹੈ ਜੀ ਪਰ ਮੈਂ ਨਾਲ ਦੀ ਨਾਲ ਸੁਣਦਾ ਰਿਹਾ ਵਧੀਆ ਸਿੰਗਰਾਂ ਨੂੰ ਗਾਉਂਦਾ ਰਿਹਾ ਵਧੀਆ ਗਾਉਣ ਵਾਲਿਆਂ ਵੀਰਾਂ ਭਰਾਵਾਂ ਨਾਲ ਲਿੰਕ ਬਣਦਾ ਰਿਹਾ ਉਹਨਾਂ ਨਾਲ ਬਹਿੰਦੇ ਉੱਠਦੇ ਰਹੇ ਸਿੱਖਦੇ ਰਹੇ ਪਰ ਬੇਸਿਕਲੀ ਮੈਂ ਸਿੱਖਣਾ ਸ਼ੁਰੂ ਕੀਤਾ 11ਵੀਂ ਸਕੂਲ 11ਵੀਂ ਕਲਾਸ ਦੇ ਉਹ ਵੀ ਬਹੁਤ ਹੀ ਛੋਟੀ ਉਮਰ ਸੀ ਜੀ ਹਨਾ ਉਹ ਵੀ ਸਿੱਖਣ ਦੀ ਭਾਜੀ ਇਹ ਰਹੀ ਤੁਹਾਡੀ ਪਰਸਨਲ ਤੁਸੀਂ ਮੇਲਿਆਂ ਤੇ ਗਾਉਂਦੇ ਰਹੇ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਸਪੋਰਟ ਕੀਤਾ ਹਰੇਕ ਆਰਟਿਸਟ ਨੂੰ ਮੈਂ ਕਹਿੰਦਾ ਇਹ ਜੇ ਘਰ ਦੇ ਮਿਲਣੇ ਚਾਹੀਦੇ ਪ੍ਰੋਫੈਸ਼ਨਲ ਲਾਈਨ 'ਚ ਭਾਜੀ ਕਿੱਦਾਂ ਕਦਮ ਪਿਆ ਗੇਅਰ ਕਿੱਦਾਂ ਪਿਆ ਪ੍ਰੋਫੈਸ਼ਨਲ ਲਾਈਨ 'ਚ ਜਦੋਂ ਆਇਆ ਗੁਰਜੈਜ਼ ਬਾਈ ਦੀ ਅਸੀਂ ਪ੍ਰੋਫੈਸ਼ਨਲੀ ਆਵਾਜ਼ ਸੁਣੀ ਪ੍ਰੋਫੈਸ਼ਨਲ ਇਦਾਂ ਸੀਗਾ ਵੀ ਜਦੋਂ ਚੱਲਦਾ ਰਿਹਾ ਮੈਂ ਐਮਏ ਮਿਊਜ਼ਿਕ ਕੀਤੀ ਹੋਈ ਹੈਗੀ ਕੀ ਬਾਤ ਪੀਯੂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਂਜੀ ਤੇ ਮੈਂ ਪਹਿਲਾਂ ਜਦੋਂ ਮੈਂ ਬੀਏ ਦੇ ਵਿੱਚ ਸੀ ਉਦੋਂ ਫਾਦਰ ਸਾਹਿਬ ਨੂੰ ਕਹਿੰਦੇ ਸੀ ਆਪਾਂ ਗਾਣਾ ਕਰ ਲਈਏ ਜੀ ਗਾਣਾ ਕਰ ਲਈਏ ਡੈਡੀ ਕਹਿੰਦੇ ਨਹੀਂ ਵੀ ਪਹਿਲਾਂ ਆਪਣੀ ਪੜ੍ਹਾਈ ਕੰਪਲੀਟ ਕਰ ਠੀਕ ਹੈ ਠੀਕ ਹੈ ਵੀ ਆਪਾਂ ਉਦੋਂ ਬਾਅਦ ਦੇਖਾਂਗੇ ਪ੍ਰੋਫੈਸ਼ਨਲੀ ਕੀ ਬਾਤ ਮੈਂ ਪ੍ਰੋਗਰਾਮ ਲਾਉਂਦਾ ਰਿਹਾ ਸਾਰਾ ਕੁਝ ਚੱਲਦਾ ਰਿਹਾ ਵਧੀਆ ਤਿਆਰ ਹੁੰਦੇ ਰਹੇ ਤਿਆਰ ਹੁੰਦੇ ਰਹੇ ਜਦੋਂ ਮੈਂ ਐਮਏ 4th ਸੈਮ ਦੇ ਵਿੱਚ ਆਇਆ ਉਦੋਂ ਅਸੀਂ ਗਾਣਾ ਕੀਤਾ ਇੰਚ ਦੀ ਕੀ ਗੱਲ ਆਡੀਓ ਕੀਤਾ ਉਹਦਾ ਆਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਰਿਆਂ ਨੇ ਸੋ ਆਡੀਓ ਰਿਲੀਜ਼ ਹੋਇਆ ਜਦੋਂ ਨਾਲ ਦੀ ਨਾਲ ਕੰਪਨੀਸ ਦੇ ਫੋਨ ਆਉਣ ਲੱਗੇ ਕੰਪਨੀ ਦੇ ਫੋਨ ਆਉਣ ਲੱਗੇ ਵੀ ਇੱਕ ਗੁਰਜੈਦ ਘੈਂਟ ਬੰਦਾ ਜਿਹਨੂੰ ਆਪਾਂ ਕੰਟੈਕਟ ਕਰੀਏ ਠੀਕ ਹੈ ਨਾਲ ਦੀ ਨਾਲ ਵੀਡੀਓ ਕੀਤਾ ਨਾਲ ਦੀ ਨਾਲ ਸੋਹਣਾ ਹੋ ਗਿਆ ਕੰਮ ਤੇ ਬਾਅਦ ਚੋਂ ਬੱਲੇ ਬੱਲੇ ਪੂਰੀ ਹੋਈ ਪਈ ਹੈ ਨਾ ਬਾਈ ਸੋ ਹੁਣ ਆਪਾਂ ਚੱਲਦੇ ਹਾਂ ਭਾਜੀ ਸੈਕਿੰਡ ਗੇਅਰ ਦੇ ਵਿੱਚ ਪਹਿਲੇ ਗੇਅਰ 'ਚ ਬਾਈ ਨੇ ਦੱਸਿਆ ਕਿ ਇਹਨਾਂ ਦੇ ਫਾਦਰ ਸਾਹਿਬ ਦੀ ਬਹੁਤ ਸਪੋਰਟ ਸੀ ਐਮਏ 뮤직 ਨੇ ਅੱਛਾ ਹਾਂ ਸਭ ਤੋਂ ਵਧੀਆ ਗੱਲ ਜਿਹੜੀ ਹੈ ਜੀ ਕਹਿੰਦੇ ਮਤਲਬ ਹੋਸ਼ ਨਹੀਂ ਸੰਭਾਲੀ ਉਦੋਂ ਤੇ ਗਾ ਰਹੇ ਹੋ ਤੇ ਬਹੁਤ ਹੀ ਘੈਂਟ ਸਿੰਗਰ ਨੇ ਤੇ ਹੁਣ ਆਪਾਂ ਚੱਲਦੇ ਹਾਂ ਆਪਣੇ ਦੂਜੇ ਗੇਅਰ ਦੇ ਵਿੱਚ ਆ ਜਾਓ ਭਾਜੀ ਆਪਾਂ ਪਹਿਲਾਂ ਦੂਜਾ ਗੇਅਰ ਪਾ ਚਲੋ ਜੀ ਸੋ ਲੋ ਜੀ ਹੁਣ ਆਪਣੀ ਗੱਡੀ ਆ ਚੱਕੀ ਆ ਜੀ ਦੂਜੇ ਗੇਅਰ ਦੇ ਵਿੱਚ ਭਾਜੀ ਹੁਣ ਪਹਿਲੇ ਗੇਅਰ 'ਚ ਗੱਡੀ ਦੀ ਸ਼ੁਰੂਆਤ ਹੁੰਦੀ ਆ ਦੂਜੇ ਗੇਅਰ 'ਚ ਗੱਡੀ ਸਪੀਡ ਫੜਦੀ ਆ 30-40 ਦੀ ਗੱਡੀ ਤੁਰਦੀ ਆ ਇੰਚ ਦੀ ਕੀ ਗੱਲ ਤੋਂ ਬਾਅਦ ਭਾਜੀ ਹਨਾ ਉਹ ਜੋ ਲੋਕਾਂ ਨੇ ਪਹਿਚਾਣਿਆ ਹਲਕਾ ਹਲਕਾ ਫੇਮ ਕਿਉਂਕਿ ਮੈਨੂੰ ਲੱਗਦਾ ਇਹ ਗਾਣੇ ਨੂੰ ਇੱਕ ਐਕਸਟਰਾ ਆਰਡਨਰੀ ਫੇਮ ਮਿਲਿਆ ਹੋਗਾ ਆਪਾਂ ਗੱਲ ਬਾਅਦ 'ਚ ਕਰਾਂਗੇ ਜਿਵੇਂ ਹਨਾ ਉਹ ਦੂਜੇ ਗੇਅਰ 'ਚ ਹੁਣ ਪਤਾ ਲੱਗਣ ਲੱਗ ਗਿਆ ਵੀ ਪਹਿਲਾ ਗਾਣਾ ਕੱਢਤਾ ਭਾਜੀ ਪਹਿਲੇ ਇੰਚ ਦੀ ਕੀ ਗੱਲ ਤੋਂ ਲੈ ਕੇ ਵੈਲੀਆਂ ਦੇ ਲਾਣੇ ਤੱਕ ਦਾ ਸਫ਼ਰ ਉਹ ਹਲਕਾ ਹਲਕਾ ਪਤਾ ਲੱਗ ਜਾਂਦਾ ਹੁਣ ਗੁਰਜੈਦ ਇੱਕ ਆਰਟਿਸਟ ਹੈ ਤੁਸੀਂ ਇੱਕ ਪ੍ਰੋਫੈਸ਼ਨਲੀ ਇਸ ਇੰਡਸਟਰੀ 'ਚ ਕਦਮ ਰੱਖ ਚੁੱਕੇ ਹੋ ਹਨਾ ਉਹ ਚੀਜ਼ ਦੀ ਫੀਲਿੰਗ ਕਿਵੇਂ ਆਉਂਦੀ ਹੈ ਭਾਜੀ ਪਹਿਲਾ ਗਾਣਾ ਹਿੱਟ ਹੋ ਗਿਆ ਹੁਣ ਲੋਕ ਪਹਿਚਾਣਦੇ ਨੇ ਉਹ ਚੀਜ਼ਾਂ ਜਦੋਂ ਆਪਣੇ ਕੋਈ ਵੀ ਬੰਦਾ ਕੋਈ ਵੀ ਇਨਸਾਨ ਕੰਮ ਕਰਦਾ ਜਦੋਂ ਉਹਦੇ ਕੰਮ ਦਾ ਉਹਨੂੰ ਲੱਗੇ ਵੀ ਮੁੱਲ ਪੈਣ ਲੱਗ ਗਿਆ
ਇੱਕ ਤਾਂ ਬੰਦਾ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਹਨਾ ਬਿਲਕੁਲ ਜੀ ਇੱਕ ਉਹ ਚ ਹੋਰ ਮਿਹਨਤ ਕਰਨ ਦਾ ਜਜ਼ਬਾ ਹੁੰਦਾ ਕੀ ਬਾਤ ਹੈ ਵੀ ਮੇਰੇ ਕੰਮ ਹੁਣ ਵੀ ਲੋਕ ਸਵਾਦ ਲੈ ਰਹੇ ਨੇ ਆਪਾਂ ਹੋਰ ਮਿਹਨਤ ਕਰਨੀ ਹੈ ਹੋਰ ਉਹਨੂੰ ਹੋਰ ਨਿਖਾਰ ਕੇ ਲੈ ਕੇ ਆਉਣਾ ਜਦੋਂ ਇੰਚ ਦੀ ਗੱਲ ਗਾਣਾ ਆਇਆ ਸ਼ੋਅ ਤਾਂ ਸਾਡੇ ਪਹਿਲਾਂ ਹੀ ਲੱਗਦੇ ਹੁੰਦੇ ਸੀ ਉਦੋਂ ਕੀ ਹੋਇਆ ਫਿਰ ਦੂਰੋਂ ਜਿੱਥੇ ਤੱਕ ਜਦੋਂ ਅਸੀਂ ਸ਼ੋਅ ਲਾ ਰਹੇ ਸੀ ਉਹ ਜਿੱਥੇ ਇੱਥੇ ਸਾਡਾ ਸਰਕਲ ਸੀਗਾ ਪਟਿਆਲਾ ਹੋ ਗਿਆ ਜੀ ਚੰਡੀਗੜ੍ਹ ਹੋ ਗਿਆ ਉੱਥੇ ਤੱਕ ਸਾਡੀ ਮਾਰ ਸੀ ਜਦੋਂ ਸਾਡਾ ਗਾਣਾ ਆਇਆ ਲੋਕਾਂ ਦੇ ਅਪਰੋਚ ਆ ਜਿਹੜੀ ਵਧਣ ਲੱਗ ਗਈ ਫਿਰ ਲੋਕ ਆਪਣੇ ਆਪ ਕਰਨ ਲੱਗ ਗਏ ਕੀ ਬਾਤ ਹੈ ਕਦੇ ਫਿਰ ਅੰਮ੍ਰਿਤਸਰ ਜੀ ਕਿੱਥੇ ਜਿੱਥੇ ਅਸੀਂ ਨਹੀਂ ਸੋਚ ਸਕਦੇ ਸੀਗੇ ਵੀ ਅਸੀਂ ਆਪ ਫਿਰ ਲੋੜ ਨਹੀਂ ਬਈ ਮੇਲਿਆਂ ਦੇ ਕਹਿਣ ਦੇ ਬਈ ਮੈਨੂੰ ਲਵਾ ਦੋ ਕਿ ਨਹੀਂ ਬਾਈ ਫਿਰ ਆਪ ਹੀ ਸੁੱਖ ਨਾਲ ਵੀ ਆਉਣ ਲੱਗ ਜਾਂਦੀਆਂ ਆਫਰਾਂ ਹਾਂ ਫਿਰ ਉਹ ਪੈਸੇ ਦੇਣ ਲੱਗ ਗਏ ਸੀਗੇ ਕਿਆ ਮਾਨ ਆ ਬਾਈ ਦੇਖੋ ਐ ਬਿਲਕੁਲ ਸੱਚੇ ਨੇ ਬਾਈ ਇਹਨਾਂ ਦਿਲ ਦੀਆਂ ਗੱਲਾਂ ਖੋਲ ਕੇ ਜਾਣੀਆਂ ਅੱਛਾ ਭਾਜੀ ਹੁਣ ਇਦਾਂ ਤੁਸੀਂ ਦੱਸਿਆ ਵੀ ਪਹਿਲੇ ਗਾਣੇ ਤੋਂ ਜਿਹੜੀ ਹਿੱਟ ਹੋਇਆ ਤੁਹਾਨੂੰ ਅਪਰੋਚ ਆ ਲੱਗ ਭਾਜੀ ਕਹਿੰਦਾ ਫੈਨਸ ਹੈ ਨਾ ਫੈਨਸ ਪਹਿਲਾ ਫੈਨ ਭਾਈ ਦੱਸ ਸਕਦੇ ਜਾਂ ਮਤਲਬ ਕੋਈ ਸੈਲਫੀ ਜਾਂ ਆਟੋਗ੍ਰਾਫ ਦਾ ਹੁਣ ਜ਼ਮਾਨਾ ਨਾ ਫੋਟੋਗ੍ਰਾਫ ਕੋਈ ਯਾਦ ਹੋਵੇ ਉਹ ਪਲ ਵੀ ਜਦੋਂ ਤੁਹਾਨੂੰ ਪਹਿਲੀ ਵਾਰੀ ਪਹਿਚਾਣ ਹੋਵੇ ਤਾਂ ਉਹਨੇ ਕਿਹਾ ਹੋਵੇ ਗੁਰਿਆਜ ਭਾਈ ਤੁਹਾਡੇ ਨਾਲ ਇੱਕ ਪਿੱਕ ਕਰਾਉਣੀ ਹੈ ਜਾਂ ਇੱਕ ਵਾਰੀ ਮੇਰੇ ਅਸੀਂ ਅਲਾਂਟੇ ਜਾ ਰਹੇ ਸੀਗੇ ਅਸੀਂ ਮੂਵੀ ਦੇਖਣ ਜਾ ਰਹੇ ਸੀ ਚੰਡੀਗੜ੍ਹ ਅਲਾਂਟੇ ਮਾਲ ਚੰਡੀਗੜ੍ਹ ਅਲਾਂਟੇ ਮਾਲ ਕਿਉਂਕਿ ਮੈਂ ਐਮਏ ਉੱਥੇ ਕੀਤੀ ਹੈ ਫਿਰ ਦੋ ਤਿੰਨ ਸਾਲ ਤੋਂ ਮੈਂ ਹੁਣ ਉੱਥੋਂ ਹੀ ਆ ਪਰ ਉੱਥੇ ਅਸ਼ਾਂ ਵੀ ਉੱਥੇ ਚੱਲਣੀਆਂ ਹੀ ਮੈਂ ਤੇ ਅਸੀਂ ਉੱਥੇ ਗਏ ਉਸ ਮੂਵੀ ਦੇਖ ਕੇ ਬਾਹਰ ਆਏ ਉੱਥੇ ਇੱਕ ਕਾਲਜ ਦੇ ਕਿਸੇ ਪਤਾ ਨਹੀਂ ਕਿਹੜੇ ਪਿੰਡ ਦੇ ਕਾਲਜ ਦੇ ਸੀਗੇ ਮੁੰਡੇ ਉਹ ਮੂਵੀ ਤੋਂ ਬਾਅਦ ਸਾਰੇ ਜਣੇ 10-15 ਜਣੇ ਦਾ ਗਰੁੱਪ ਆਇਆ ਸੀ ਉਹ ਸਾਰਾ ਇਕੱਠਾ ਹੋ ਗਿਆ ਫਟਾਫਟ ਉੱਥੇ ਜਿਹੜਾ ਅੰਦਰ ਪੀਵੀਆਰ ਦੇ ਵਿੱਚ ਐਂ ਹੋ ਗਿਆ ਵੀ ਇਹ ਕੀ ਹੋ ਗਿਆ ਕੀ ਪਾਣਾ ਵਾਪਰ ਗਏ ਇੱਥੇ ਆ ਗਿਆ ਉਹ ਚੀਜ਼ ਬੜੀ ਸਵਾਦ ਜੀ ਮਤਲਬ ਉਹ ਭਾਈ ਹੈ ਨਾ ਮਜ਼ਾ ਆਉਂਦਾ ਇੱਕ ਚੀਜ਼ ਵੀ ਇੰਨੇ ਲੋਕਾਂ ਨੇ ਪਛਾਣਾ ਬਾਈ ਦੀ ਕਹਿੰਦੇ ਇੱਕ ਬੰਦੇ ਨੇ ਨੀ ਪਛਾਣਿਆ ਮੈਨੂੰ ਹੈ ਪੂਰਾ ਇਕੱਠ ਹੋ ਗਿਆ ਜੀ ਤੇ ਪੀਵੀਆਰ ਗਾਹ ਪਵਾ ਦਾ ਸੋ ਭਾਜੀ ਇਹ ਰਹੀ ਤੁਹਾਡੀ ਸੈਕਿੰਡ ਗੇਅਰ ਦੀ ਹੁਣ ਆਪਾਂ ਜਾਵਾਂਗੇ ਜੀ ਥਰਡ ਗੇਅਰ ਤੇ ਭਾਈ ਫਿਰ ਭਾਈ ਟਕਾ ਗਏ ਤੀਜਾ ਗੇਅਰ ਪਾਉਂਦੇ ਆ ਆਹ ਫਿਰ ਮੈਂ ਕਿਹਾ ਲੋ ਜੀ ਗੱਡੀ ਹੁਣ ਸਾਡੀ ਥਰਡ ਗੇਅਰ ਦੇ ਵਿੱਚ ਹੈ ਭਾਜੀ ਹੁਣ ਗੱਡੀ ਹੈ ਨਾ ਪਹਿਲਾ ਗੇਅਰ ਹੋ ਗਿਆ ਦੂਜਾ ਗੇਅਰ ਹੋ ਗਿਆ ਤਾਂ ਲੋਕ ਪਛਾਣਨ ਲੱਗ ਗਏ ਹੁਣ ਆਪ ਕਰਨੀ ਨਹੀਂ ਪੈਂਦੀ ਅਪਰੋਚ ਖਾੜਿਆਂ ਦੀ ਖਾੜੇ ਆਪ ਕਰਦੇ ਨੇ ਬਾਈ ਗੁਰਜੈਸ ਭਾਈ ਆਓ ਉਸ ਤੋਂ ਬਾਅਦ ਬਾਈ ਨੂੰ ਪੈਸੇ ਵੀ ਮਿਲਣ ਲੱਗ ਗਏ ਹੁਣ ਭਾਜੀ ਹੁਣ ਥਰਡ ਗੇਅਰ 'ਚ ਨਾ ਗੱਡੀ ਇੱਕ ਸਟੇਬਲ ਹੋ ਜਾਂਦੀ ਹੈ ਭਾਜੀ ਤੁਹਾਡਾ ਇੰਚ ਦੀ ਕੀ ਗੱਲ ਵੈਲੀਆਂ ਲਾਣਾ ਮੁੰਡਾ ਜੱਟ ਦਾ ਦੋ ਰੌਲੇ ਜਿੰਨੇ ਸਿੰਗਲ ਟਰੈਕ ਆਈ ਗਏ ਹੁਣ ਭਾਜੀ ਇੱਕ ਤੁਹਾਡਾ ਇੱਕ ਲੈਵਲ ਹੈ ਨਾ ਗੁਰਜੈਸ ਇੱਕ ਰਾਈਟ ਇੱਕ ਪ੍ਰੋਫੈਸ਼ਨਲ ਆਰਟਿਸਟ ਐਸਟੈਬਲਿਸ਼ ਸਟਾਰ ਬਣਨ ਦੇ ਰਾਈਜ਼ਿੰਗ ਸਟਾਰ ਹੋ ਹਨਾ ਆਉਂਦਾ ਵੀ ਮਤਲਬ ਆਉਂਦਾ ਵੇ ਭਾਈ ਚੱਲ ਰਹੇ ਆ ਕੀ ਬਾਤ ਸੋ ਟਰੂ ਭਾਜੀ ਹੁਣ ਗੁਰਜੈਸ ਦਾ ਕੀ ਰੂਟੀਨ ਰਹਿੰਦਾ ਹੁਣ ਕਿੱਦਾਂ ਚੱਲਦੀ ਹੈ ਜ਼ਿੰਦਗੀ ਜ਼ਿੰਦਗੀ ਹੈ ਜਿੱਦਣ ਵੈਸੇ ਤਾਂ ਮੈਂ ਮੋਸਟ ਆਫ ਦਾ ਟਾਈਮ ਜਦੋਂ ਮੈਂ ਫ੍ਰੀ ਹੁੰਦਾ ਮੈਂ ਸਾਰਾ ਦਿਨ ਆਪਣੇ ਫਰੈਂਡਸ ਨਾਲ ਹੀ ਹੁੰਦਾ ਸਵੇਰੇ 10-11 ਵਜੇ ਜਦੋਂ ਵੀ ਉੱਠੇ ਤੇ ਰਿਆਜ਼ ਮੇਰਾ ਇੱਕ ਮੈਂ ਜਿੱਥੇ ਮਰਜ਼ੀ ਹੋਵਾਂ ਉਹ ਅੱਜ ਕੱਲ੍ਹ ਚਲੋ ਇਲੈਕਟ੍ਰੋਨਿਕ ਤਾਂ ਉਪਰ ਆਉਂਦਾ ਗਾ ਬਿਲਕੁਲ ਉਹ ਮਤਲਬ ਕਿ ਹੁਣ ਵੀ ਮੇਰੀ ਗੱਡੀ ਦੀ ਡਿੱਗੀ 'ਚ ਪਿਆ ਮੈਂ ਭਾਵੇਂ ਅੱਧੇ ਦਿਨ ਲਈ ਕਿਤੇ ਜਾਵਾਂ ਕਿਉਂਕਿ ਮੈਨੂੰ ਇਹ ਵੀ ਉੱਥੇ ਇੱਕ ਦਿਨ ਵੀ ਲੱਗ ਸਕਦਾ ਮੈਂ ਕੋਸ਼ਿਸ਼ ਕਰਦਾ ਵੀ ਚਲੋ ਵੀ ਰਿਆਜ਼ ਕਦੇ ਨਾ ਮਿਸ ਹੋਵੇ ਮੈਂ 11 ਵਜੇ ਉੱਠਿਆ 12 ਵਜੇ ਉੱਠਾਂ ਸਵੇਰੇ 7 ਵਜੇ ਜਦੋਂ ਵੀ ਉੱਠਾਂ ਸਭ ਤੋਂ ਪਹਿਲਾਂ ਮੈਂ ਅੱਧਾ ਘੰਟਾ ਜਾਂ 15 ਮਿੰਟ ਜਿੰਨਾ ਵੀ ਪੋਸੀਬਲ ਹੁੰਦਾ ਮੈਂ ਆਪਦੇ ਗਲੇ ਲਈ ਦਿੰਦਾ ਗਾ ਕਿਉਂਕਿ ਇਹਦੇ ਕਰਕੇ ਹੀ ਇੱਥੇ ਤੱਕ ਆਏ ਹਾਂ ਅਤੇ ਇਹਦੇ ਕਰਕੇ ਹਜੇ ਬਹੁਤ ਕੁਛ ਲਾਈਨਅਪ ਕੀਤਾ ਅਤੇ ਉਸ ਤੋਂ ਬਾਅਦ ਸਟੂਡੀਓਜ਼ ਦੇ ਕੰਮ ਹੁੰਦੇ ਨੇ ਕਿਉਂਕਿ ਜਦੋਂ 2-4 ਗੀਤ ਹਿੱਟ ਹੋ ਜਾਂਦੇ ਨੇ ਉਦੋਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਵਧੀਆ ਪ੍ਰੈਸ਼ਰ ਬਹੁਤ ਹੋ ਜਾਂਦਾ ਨਾ ਬਹੁਤ ਜ਼ਿਆਦਾ ਹੁਣ ਇੱਦਾਂ ਹੁੰਦਾ ਵੀ ਇੱਕ ਵੀ ਗਾਣਾ ਇੱਦਾਂ ਦਾ ਨਾ ਕਰ ਦਈਏ ਕੋਈ ਜਿਹਦੇ ਨਾਲ ਜਿਹੜਾ ਗ੍ਰਾਫ ਚਲੋ ਪਰਮਾਤਮਾ ਦੀ ਕਿਰਪਾ ਨਾਲ ਥੱਲੇ ਹੋ ਜਾਏ ਪਿਆਰ ਦੇ ਨਾਲ ਉੱਤੇ ਜਾ ਰਿਹਾ ਵੀ ਉਹ ਹੇਠਾਂ ਨਾ ਆ ਜਾਏ ਕਿਤੇ ਬਿਲਕੁਲ ਠੀਕ ਹੈ ਮਤਲਬ ਪ੍ਰੋਪਰ ਹੁਣ ਜ਼ੋਰ ਰਿਆਜ਼ ਤਾਂ ਬਾਈ ਦਾ ਕਹਿੰਦੇ ਪੂਰਾ ਉਦਾਂ ਤੇ ਯਾਰ ਦੋਸਤਾਂ ਨੂੰ ਨਹੀਂ ਛੱਡਦੇ ਕਹਿੰਦੇ ਵਿਹਲੇ ਟਾਈਮ ਉਹਨਾਂ ਛੱਡਿਆ ਵੀ ਨਹੀਂ ਜਾ ਸਕਦਾ ਬਾਈ ਇਹ ਚੀਜ਼ ਹੀ ਇੱਦਾਂ ਦੀ ਹੁੰਦੀ ਆ ਸਾਡੇ ਕੋਲ ਸਾਡਾ ਆਪਣਾ ਸ਼ੋਅ ਵੀ ਭਾਜੀ ਯਾਰਾਂ ਦੋਸਤਾਂ ਦੇ ਦੁਆਵਾਂ ਨਾਲ ਸ਼ੁਰੂ ਹੋਇਆ ਤੇ ਭਾਜੀ ਹੁਣ ਯਾਰ ਦੋਸਤ ਹੋਏ ਹੁਣ ਭਾਜੀ ਜਿੱਦਾਂ ਤੁਸੀਂ ਦੱਸਿਆ ਫਾਦਰ ਬਹੁਤ ਸਪੋਰਟਿਵ ਨੇ ਹਨਾ ਹੁਣ ਉਹ ਕਿੱਦਾਂ ਦੇਖਦੇ ਨੇ ਯਾਰ ਵੀ ਚਲੋ ਐਮ ਏ ਮਿਊਜ਼ਿਕ 'ਚ ਤੁਹਾਨੂੰ ਪਾਇਆ ਇੱਕ ਉਮੀਦ ਨਾਲ ਪਾਇਆ ਹੁਣ ਮੁੰਡਾ ਉਹਨਾਂ ਦਾ ਪੂਰਾ ਗੁਰਜੈਸ ਗੁਰਜੈਸ ਮਾਲਾ ਦਾ ਪਿੰਡ 'ਚ ਵੱਜਦੇ ਹੋਣਗੇ ਲਲਕਾਰੇ ਉਹ ਚੀਜ਼ ਨੂੰ ਕਿੱਦਾਂ ਦੇਖਦੇ ਨੇ ਤੁਹਾਨੂੰ ਹਾਂ ਉਹ ਉਦੋਂ ਕੀ ਕਹਿੰਦੇ ਜਦੋਂ ਹੁਣ ਤੁਹਾਨੂੰ ਕੀ ਕਹਿੰਦੇ ਨੇ ਨਹੀਂ ਉਦੋਂ ਕਹਿੰਦੇ ਉਦੋਂ ਵੀ ਨਹੀਂ ਕੁਛ ਸੀਗੇ ਪਤਾ ਕੀ ਹੈ ਮੈਂ ਆਪਾਂ ਚਲੋ ਪਿੰਡਾਂ ਵਾਲੇ ਆ ਇਦਾਂ ਸਾਡੇ ਆਪਣੇ ਪਰਿਵਾਰਾਂ 'ਚ ਕੋਈ ਨਹੀਂ ਹੈਗਾ ਇਦਾਂ ਦਾ ਗਾਉਣ ਵਾਲਾ ਬਿਲਕੁਲ ਮੈਂ ਮਤਲਬ ਕਿ ਪਹਿਲਾਂ ਸੀਗਾ ਸਾਡੇ ਪਰਿਵਾਰ 'ਚੋਂ ਜਿਹੜਾ ਇੱਧਰ ਆਇਆ ਸੀਗਾ ਸੋ ਸਪੋਰਟ ਫੁੱਲ ਸੀ ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਟੈਨਸ਼ਨ ਸੀਗੀ ਕਿਉਂਕਿ ਅੱਜ ਪੰਜਾਬੀ ਇੰਡਸਟਰੀ ਕੰਪੀਟੀਸ਼ਨ ਬਹੁਤ ਕੰਪੀਟੀਸ਼ਨ ਬਹੁਤ ਜ਼ਿਆਦਾ ਤੇ ਆਉਂਦੇ ਬਹੁਤ ਜ਼ਿਆਦਾ ਨੇ ਰੋਜ਼ ਬਹੁਤ ਵੀਰ ਭਰਾ ਗਾਉਣ ਵਾਲੇ ਬਹੁਤ ਜ਼ਿਆਦਾ ਆਉਂਦੇ ਹਨਾ ਸੋ ਉਹਨਾਂ ਨੂੰ ਐਂ ਸੀ ਵੀ ਕਿਤੇ ਇਹ ਵੀ ਸਾਡੇ ਵਾਲਾ ਵੀ ਨਕਲੀ ਬ੍ਰਾਂਡ ਦੀ ਜੀਤ ਪਾਈ ਕਿਉਂਕਿ ਹੁਣ ਤਾਂ ਵੀ ਜੋ ਮਰਜ਼ੀ ਪਾ ਲਓ ਉਹ ਜਚਣਾ ਹੀ ਹੈ ਪਰ ਫਿਰ ਵੀ ਕਦੇ ਨਕਲੀ ਬ੍ਰਾਂਡ ਮਤਲਬ ਨਕਲੀ ਅਕਸੈਸਰੀ ਵਗੈਰਾ ਕੁਝ ਪਾਈਆ ਭਾਜੀ ਸੱਚ ਦੱਸਣਾ ਪੈਣਾ ਭਾਜੀ ਨੂੰ ਤੁਹਾਨੂੰ ਸੌ ਹੈ ਮੇਰੀ ਪਤਾ ਕੀ ਹੈ ਮੈਂ ਜਿਹੜੀ ਚੀਜ਼ ਵਧੀਆ ਲੱਗੇ ਉਹ ਪਾ ਲਓ ਬਾਕੀ ਮੈਂ ਸੁਭਾਅ ਇਹੋ ਜਿਹਾ ਮੈਂ ਇਹਨਾਂ ਚੀਜ਼ਾਂ ਕਣੀ ਬਾਹਲਾ ਧਿਆਨ ਨਾ ਕਦੇ ਦਿੱਤਾ ਨਾ ਨਹੀਂ ਦਿੰਦਾ ਪਹਿਲਾਂ ਵੀ ਨਹੀਂ ਦਿੱਤਾ ਮੈਂ ਕਦੇ ਨਾ ਮੈਂ ਹੁਣ ਦਿੰਦਾ ਮੈਂ ਮੋਸਟਲੀ ਜਦੋਂ ਮੈਂ ਨਹੀਂ ਕਿਤੇ ਆਉਣਾ ਅੱਜ ਜੇ ਕਿਤੇ
ਪਰ ਧਿਆਨ ਦਿੰਦੇ ਨਹੀਂ, ਪਰ ਇੱਕ ਧਿਆਨ ਚ ਗੱਲ ਨਹੀਂ ਵੀ ਪਾਉਂਦੇ ਹੋ ਵਾਲੀਆਂ ਬਿਲਕੁਲ ਪਾ ਲਈ ਕੋਈ ਚੱਕਰ ਹੀ ਨਹੀਂ ਆਇਆ ਵਧੀਆ ਚੀਜ਼ ਹੋਣੀ ਚਾਹੀਦੀ ਸਾਡੇ ਸਾਹ ਦੀ ਹੋਣੀ ਚਾਹੀਦੀ ਪਾ ਲਈ। ਅੱਛਾ ਭਾਜੀ ਇੱਕ ਕੁਐਸਚਨ ਹੈ ਇਹ ਥਰਡ ਗੇਅਰ ਦਾ ਸਟੇਬਲ ਹੋਣ ਤੋਂ ਬਾਅਦ ਭਾਜੀ ਯਾਰਾਂ ਦੋਸਤਾਂ ਨੇ ਤੁਹਾਨੂੰ ਸਪੋਰਟ ਕੀਤਾ ਰਾਈਟ, ਜਿਨ੍ਹਾਂ ਨੇ ਭਾਜੀ ਸਪੋਰਟ ਤੁਹਾਨੂੰ ਉਸ ਸਟਰਗਲ ਟਾਈਮ 'ਚ ਨਹੀਂ ਕੀਤਾ, ਹੁਣ ਉਹ ਗੁਰਜੈਤ ਨੂੰ ਕਿਵੇਂ ਦੇਖਦੇ ਨੇ ਜਾਂ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ? ਮੇਰਾ ਸ਼ੁਰੂ ਤੋਂ ਇੱਕ ਖਾਸੀਅਤ ਰਹੀ ਹੈ, ਮੈਂ ਬਾਹਲਾ ਮਤਲਬ ਕਿ ਖਲਾਰਾ ਜਿਹਾ ਨਹੀਂ ਪਾਇਆ ਹੋਇਆ ਆਪਦੀ ਲਾਈਫ ਦੇ ਵਿੱਚ, ਮੇਰੇ ਬਸ ਪੱਕੇ ਮਿੱਤਰ ਨੇ ਕਦੀ ਮਤਲਬ ਇੰਨਾ ਹੈ ਹੀ ਨੀ ਗੱਲ ਬਾਤ ਵੀ ਜਾਂ ਕਦੀ ਪਰਵਾਹ ਕਰਦੇ ਹੋ, ਫਾਦਰ ਬਹੁਤ ਸਪੋਰਟਿਵ ਸੀ, ਹਲਕਾ ਜਿਹਾ ਸ਼ੱਕ ਵੀ ਸੀ ਨਕਲੀ ਬ੍ਰੈਂਡ ਭਾਈ ਪਾਉਂਦੇ ਨੇ ਠੀਕ ਹੈ। ਤੇ ਹੁਣ ਆਪਾਂ ਚੱਲਦੇ ਹਾਂ ਭਾਜੀ ਫੋਰਥ ਗੇਅਰ 'ਚ, ਚਲੇ ਫਿਰ ਭਾਜੀ ਭਾਈ ਆ ਜਾਓ ਭਾਜੀ ਚਲੋ। ਹੁਣ ਗੱਡੀ ਆਪਣੀ ਜਾਊਗੀ ਜੀ ਫੋਰਥ ਗੇਅਰ ਦੇ ਵਿੱਚ, ਪਾਈ ਫਿਰ ਭਾਜੀ ਚੱਲਦਾ ਫਿਰ ਆ ਲਓ ਫਿਰ ਭਾਜੀ, ਮੈਂ ਕਹਿੰਦਾ ਟਕਾ ਕੇ ਜੇ ਲੋ ਜੀ ਗੱਡੀ ਹੁਣ ਆਪਣੀ ਆਈ ਚੌਥੇ ਗੇਅਰ 'ਚ ਭਾਜੀ। ਜਿੱਦਾਂ ਹੁਣ ਤੁਸੀਂ ਦੱਸਿਆ ਹੈ ਨਾ ਵੀ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਉਨੇ ਕੁ ਦੋਸਤ ਨੇ ਉਹੀ ਵਧੀਆ ਨੇ ਸਾਰੇ ਨੇ, ਫਾਦਰ ਪੂਰੇ ਸਪੋਰਟਿਵ ਨੇ। ਫੋਰਥ ਗੇਅਰ 'ਚ ਭਾਜੀ ਹੁਣ ਇੱਦਾਂ ਕਿ ਗੁਰਜੈਤ ਬਾਈ ਜੇ ਅੱਜ ਉਹਨਾਂ ਦੀ ਆਵਾਜ਼ ਨਾ ਸੁਣਦੇ ਤਾਂ ਅੱਜ ਉਹ ਕੀ ਹੁੰਦੇ? ਮੀਨ ਤੁਸੀਂ ਜੇ ਸਿੰਗਰ ਨਾ ਹੁੰਦੇ ਤਾਂ ਗੁਰਜੈਤ ਅੱਜ ਕੀ ਹੁੰਦੇ? ਫਾਦਰ ਤਾਂ ਚਾਹੁੰਦੀ ਸੀ ਸਿੰਗਰ ਬਣੋ, ਹੋਰ ਕੀ ਚਾਹੁੰਦੀ ਸੀ ਤੁਸੀਂ ਕੀ ਹੁੰਦੇ ਜਾਂ ਆਪ ਕੀ ਹੁੰਦੇ? ਮੈਂ ਨਾ ਤੁਹਾਨੂੰ ਅਸਲ 'ਚ ਗੱਲ ਦੱਸਾਂ, ਮੈਂ ਉਹੀ ਗੱਲ ਦੱਸਦਾ ਵੀ ਕਦੇ ਜ਼ਿੰਦਗੀ 'ਚ ਕਦੇ ਸੋਚਿਆ ਹੀ ਨਹੀਂ ਸੀਗਾ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਉਹਨਾਂ ਕਲਾਕਾਰਾਂ 'ਚੋਂ ਨਹੀਂ ਹੈਗਾ ਵੀ ਜਿਹੜਾ ਤੁੱਕਾ ਲਾ ਕੇ ਆਇਆ ਇੰਡਸਟਰੀ ਦੇ ਵਿੱਚ। ਮੈਂ ਬਹੁਤ ਛੋਟੀ ਉਮਰ 'ਚ ਹੀ ਮਨ ਬਣਾ ਲਿਆ ਸੀਗਾ ਵੀ ਇੱਧਰ ਹੀ ਜਾਣਾ ਹੈਗਾ, ਕਦੇ ਕਿਸੇ ਹੋਰ ਪਾਸੇ ਸੋਚਿਆ ਹੀ ਨਹੀਂ ਸੀਗਾ। ਕੀ ਬਾਤ ਹੈ ਜੀ, ਕੀ ਬਾਤ ਹੈ, ਵੀ ਕੋਈ ਦੂਜਾ ਆਪਸ਼ਨ ਸੋਚਿਆ ਹੀ ਨਹੀਂ ਸੀ। ਕਰਦੇ ਨੇ ਭਾਜੀ ਕਦੇ ਕਿਹਾ ਵੀ ਨਹੀਂ, ਜਿੱਦਾਂ ਤੁਸੀਂ ਦੱਸਿਆ ਸਪੋਰਟਿਵ ਤਾਂ ਹੈਗੀ ਸੀ, ਮਤਲਬ ਗੁਰਜੈਤ ਬਾਈ ਸਿੰਗਰ ਹੀ ਹੁੰਦੇ ਆ, ਭਾਵੇਂ ਇੰਨੇ ਇਸ ਲੈਵਲ ਦੇ ਨਾ ਹੁੰਦੇ, ਹੁੰਦੇ ਸਿੰਗਰ ਨਾ। ਜੇ ਨਾ ਹੁੰਦਾ ਫਿਰ ਕੋਈ ਸੋਚਿਆ ਤਾਂ ਕਦੇ ਸੋਚਿਆ ਹੀ ਨਹੀਂ, ਮੈਂ ਫਿਰ ਦੱਸ ਹੀ ਨਹੀਂ ਸਕਦਾ ਮੈਂ ਕੀ ਹੁੰਦਾ। ਕੀ ਬਾਤ ਹੈ, ਘਰਦਿਆਂ ਨੇ 12ਵੀਂ ਤੋਂ ਬਾਅਦ ਆਇਲਸ ਜ਼ਰੂਰ ਕਰਵਾਤਾ ਸੀ ਕਿ ਬਾਹਰ ਜਾਣਾ, ਬਾਹਰ ਨੂੰ ਗੱਡੀਆਂ ਨਹੀਂ ਪਹਿਲਾਂ ਫਿਰ ਬਾਹਰ ਨੂੰ ਦੇ ਟਰੱਕ ਟਰੁੱਕ ਚਲਾ ਰਹੇ। ਕੀ ਬਾਤ ਹੈ, ਠੀਕ ਹੈ ਜੀ। ਨਾ ਮੈਂ ਇਹਨਾਂ ਡਰਾਈਵਰ ਹੁੰਦੇ ਨਹੀਂ ਤਾਂ ਸਿੰਗਰ, ਇੱਕੋ ਹੀ ਚੀਜ਼ ਆ ਭਾਈ ਨਹੀਂ। ਸੋ ਭਾਜੀ ਹੁਣ ਆਲਟਰਨੇਟਿਵ ਪ੍ਰੋਫੈਸ਼ਨ ਦੀ ਗੱਲ ਹੈ ਹਨਾ ਭਾਜੀ, ਹੁਣ ਫਿਲਮਾਂ ਬਹੁਤ ਬਣਦੀਆਂ ਨੇ ਰਾਈਟ, ਗੁਰਜੈਤ ਬਾਈ ਵਧੀਆ ਕੈਮਰਾ ਲੁੱਕ ਸਭ ਕੁਝ ਚੱਲਦਾ, ਐਕਟਿੰਗ ਵੀ ਸੋਹਣੀ ਆ ਬਾਈ ਦੀ, ਹਰੇਕ ਗਾਣੇ 'ਚ ਵੀਡੀਓ 'ਚ ਆਪ ਹੀ ਐਜ਼ ਆ ਲੀਡ ਮਾਡਲ ਹੁੰਦੇ ਨੇ, ਕਦੇ ਭਾਜੀ ਸੋਚਿਆ ਜਾਂ ਇੱਦਾਂ ਦਾ ਮਨ 'ਚ ਖਿਆਲ ਜਾਂ ਆਫਰਸ ਵਗੈਰਾ ਮੂਵੀਜ਼ ਨੂੰ ਲੈ ਕੇ ਰਿਲੇਟਡ ਗੁਰਜੈਤ ਬਾਈ ਕਿੱਦਾਂ ਸੋਚਦੇ? ਮੈਂ ਨਾ ਤੁਹਾਨੂੰ ਦੱਸਦਾ ਚਲਾ ਵੀ ਆਹ ਗੱਲ ਤੇ, ਉਹ ਤੋਂ ਪਹਿਲਾਂ ਗੱਲ ਦੱਸਦਾ, ਮੈਂ ਕਾਲਜ ਦੇ ਵਿੱਚ ਮਹਿੰਦਰਾ ਕਾਲਜ 'ਚ ਪੜ੍ਹਿਆ, ਮੈਂ ਬੀਏ ਕੀਤੀ ਹੈ ਪਟਿਆਲਾ, ਪਟਿਆਲਾ ਮਹਿੰਦਰਾ ਕਾਲਜ, ਮਹਿੰਦਰਾ ਕਾਲਜ, ਮੈਂ 4 ਸਾਲ ਇੱਥੇ ਪਟਿਆਲੇ ਹੀ ਰਿਹਾ ਤੇ ਮੈਂ ਥੀਏਟਰ ਵੀ ਜਿੰਨਾ ਕੁ ਮਿਊਜ਼ਿਕ ਕੀਤਾ ਥੀਏਟਰ ਮੈਂ ਬਹੁਤ ਜ਼ਿਆਦਾ ਕੀਤਾ ਹੈਗਾ, ਸਕਿਟਸ ਬਹੁਤ ਜ਼ਿਆਦਾ ਕੀਤੀਆਂ, ਪਲੇਅ ਬਹੁਤ ਜ਼ਿਆਦਾ ਕੀਤੀਆਂ, ਤਾਂ ਹੀ ਉਹ ਚੀਜ਼ ਭਾਜੀ ਕਿਤੇ ਵੀਡੀਓ ਦੇ ਵਿੱਚ ਥੋੜੀ ਬਹੁਤੀ ਐਕਟਿੰਗ ਆਉਂਦੀ ਹੈਗੀ, ਆਉਂਦੀ ਹੈ, ਪਰ ਹਜੇ ਇਸ ਚੀਜ਼ ਬਾਰੇ ਨਹੀਂ ਸੋਚਿਆ। ਮੈਨੂੰ ਇਹ ਵੀ ਇੱਧਰ ਚੰਗੀ ਤਰ੍ਹਾਂ ਐਂ ਹੋ ਜਾਵੇ ਵੀ ਹਾਂ ਇੱਧਰ ਪ੍ਰਪੱਖ ਹੋ ਜਾਈਏ ਆਪਾਂ, ਵੀ ਹੁਣ ਨਹੀਂ ਦੱਬਦੇ, ਜਦੋਂ ਉਹ ਕੰਮ ਆ ਗਿਆ ਉਦੋਂ ਪੁੱਠੇ ਪਾਸੇ ਪੰਗਾ ਲਵਾਂਗੇ, ਠੀਕ ਹੈ, ਇਹ ਨਾ ਵੀ ਪੁੱਠੇ ਪਾਸੇ ਪੰਗਾ ਲੈ ਲਈਓਗੇ। ਸੋ ਭਾਜੀ ਫਿਲਮਾਂ ਦਾ ਤੁਸੀਂ ਦੱਸਿਆ ਵੀ ਪਹਿਲਾਂ ਗੁਰਜੈਤ ਬਾਈ ਪੂਰਾ ਸਿੰਗਿੰਗ 'ਚ ਪ੍ਰਪੱਖ ਹੋ ਜਾਈਏ ਹਨਾ ਭਾਜੀ, ਇੱਕ ਜੌਬ ਹੁੰਦੀ ਹੈ, ਇੱਕ ਹੋਰ ਜੌਬ ਹੁੰਦੀ ਹੈ ਸਿੰਗਰ ਲਈ ਪਲੇਬੈਕ ਸਿੰਗਿੰਗ। ਤੁਸੀਂ ਜਿੱਦਾਂ ਕੀਤੀ ਹੈ 25 ਗੱਲੇ 'ਚ ਬਾਈ ਉਹਨਾਂ ਨੇ ਗਾਇਆ ਜੀ ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਜਿਹੜਾ ਗਾਣਾ ਸੀਗਾ ਤੇ ਪਲੇਬੈਕ ਦੇ ਵਿੱਚ ਭਾਜੀ ਹੋਰ ਆਫਰਸ ਗੁਰਜੈਤ ਭਾਜੀ ਤੁਹਾਨੂੰ ਆ ਚੀਜ਼ ਤੋਂ ਬਾਅਦ 25 ਗੱਲੇ ਦੇ ਵਿੱਚ ਬਾਅਦ 25 ਗੱਲੇ ਤੋਂ ਬਾਅਦ ਇੱਕ ਆ ਮੂਵੀ ਆ ਰਹੀ ਹੈ ਖਾੜਕੂ ਬਾਅਦ, ਹਾਂਜੀ ਯੋਗਰਾਜ ਸਿੰਘ ਹੋਣਾ ਦੀ ਮੂਵੀ, ਸਨੀ ਮਾਲ ਡਾਇਰੈਕਟਰ ਨੇ ਜੀ ਉਹਨਾਂ ਦਾ, ਉਹਦਾ ਜਿਹੜਾ ਟਾਈਟਲ ਟਰੈਕ ਹੈ ਉਹ ਵੀ ਮੈਂ ਹੀ ਗਾਇਆ ਹੋਇਆ, ਠੀਕ ਹੈ, ਕੀ ਬਾਤ ਹੈ, ਤੇ ਹੋਰ ਵੀ ਕਾਫੀ ਪ੍ਰੋਜੈਕਟਸ ਨੇ ਉਹ ਹੌਲੀ ਹੌਲੀ ਦੱਸਾਂਗੇ ਹਜੇ। ਭਾਜੀ ਕਿੰਨਾ ਡਿਫਰੈਂਸ ਹੁੰਦਾ ਪਲੇਬੈਕ ਗਾਉਣਾ ਤੇ ਐਜ਼ ਐਨ ਆਪ ਗਾਉਣਾ? ਮਤਲਬ ਜਿਹੜਾ ਪਤਾ ਕੀ ਹੁੰਦਾ ਹੈਗਾ ਪਲੇ, ਮੈਨੂੰ ਥੋੜਾ ਜਿਹਾ ਪਲੇਬੈਕ ਔਖਾ ਲੱਗਦਾ ਤੇ ਕਿਉਂਕਿ ਔਖਾ ਗਾਉਣਾ ਨਹੀਂ ਹੈਗਾ, ਜਿਹੜੇ ਪਲੇਬੈਕ ਲਈ ਲਿਰਿਕਸ ਨਾ ਲਿਖੇ ਜਾਂਦੇ ਨੇਗੇ ਵੀ ਸਪੈਸ਼ਲੀ ਇਸੇ ਸਿਚੁਏਸ਼ਨ ਲਈ ਲਿਖੀ ਜਾਏ, ਹਾਂਜੀ, ਤੇ ਮੈਂ ਲਿਰਿਕਸ ਤੇ ਮੇਰੀ ਇੰਨਾ ਕੁ ਜ਼ਿਆਦਾ ਮੈਂ ਉਹ ਨਾ ਚੂਜ਼ੀ ਆ, ਲਿਰਿਕਸ ਮੈਂ ਬਹੁਤ ਜ਼ਿਆਦਾ ਚੂਜ਼ੀ ਹੈਗਾ, ਉਹ ਮੇਰੀ ਕਈ ਵਾਰ ਇਹ ਅੜੀ ਹੋ ਜਾਂਦੀ ਹੈ ਵੀ ਹਾਂਜੀ, ਮਤਲਬ ਕਿਤੇ ਨਾ ਕਿਤੇ ਚੁਆਇਸ ਨੂੰ ਲੈ ਕੇ ਚੱਕਰ ਪੈ ਜਾਂਦਾ, ਚੁਆਇਸ ਵਾਲਾ ਚੱਕਰ ਪੈ ਜਾਂਦਾ ਵੀ, ਕਿਉਂਕਿ ਸਿੰਗਲ ਟਰੈਕ ਆਪ ਗਾਉਣਾ ਰਾਈਟ, ਫਿਲਮ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਗਾਣਾ ਉੱਥੇ ਹੁਣ ਖਾੜਕੂ ਬਾਅਦ ਦੇ ਟਰੈਕ ਸੀਗਾ ਉਹਨਾਂ ਨੇ ਕੁਛ ਪਹਿਲਾਂ ਹੋਰ ਲਿਖਿਆ ਹੋਇਆ ਸੀ, ਗਾਣਾ ਸੋਹਣਾ ਸੀਗਾ ਪਰ ਮੈਂ ਕਿਹਾ ਵੀ ਨਹੀਂ, ਮੈਂ ਕਿਹਾ ਮੇਰੇ ਕੋਲ ਹੋਰ ਲਿਰਿਕਸ ਪਏ ਨੇ ਵੀ ਆਪਾਂ ਉਹ ਕਰਦੇ ਹਾਂ, ਫਿਰ ਬਾਅਦ ਚੋਂ ਮੇਰੇ ਵਾਲਾ ਕੀਤਾ ਐਡਜਸਟ ਕਰਕੇ ਇਹ ਚੱਕਰ ਪੈ ਜਾਂਦਾ, ਉਹ ਭਰਾ ਹੀ ਨਹੀਂ ਆਪਣੇ ਮਿੱਤਰ ਨੇ, ਉਹਨਾਂ ਨੇ ਚਲ ਸਮਝ ਗਏ, ਕਈ ਵਾਰ ਨਹੀਂ ਸਮਝ ਗਏ ਫਿਰ ਉੱਥੇ ਕਨਫਲਿਕਟ ਆ, ਬਿਲਕੁਲ ਬਿਲਕੁਲ ਕੋਈ ਚੱਕਰ ਨਹੀਂ। ਪਲੇਬੈਕ ਬਾਈ ਹੁਣੀ ਕਰ ਚੁੱਕੇ ਨੇ ਫਿਲਮਾਂ 'ਚ, ਬਾਈ ਕਹਿੰਦੇ ਥੀਏਟਰ ਬਹੁਤ ਕਰਿਆ ਐਕਟਿੰਗ ਤਾਂ ਹੀ ਆਪਾਂ ਵਧੀਆ ਦੇਖਦੇ ਨੇ ਬਾਈ, ਹਾਲੇ ਕਰਨਗੇ ਪਰ ਪਹਿਲਾਂ ਸਿੰਗਿੰਗ 'ਚ ਬਾਈ ਕਹਿੰਦੇ ਜਦ ਤੱਕ ਦਬੀਆਂ ਨਾ ਕਿਸੇ ਤੋਂ, ਉਦੋਂ ਤੱਕ ਆਪਾਂ ਫਿਲਮਾਂ 'ਚ ਨਹੀਂ ਬਹਿਣਾ। ਹੁਣ ਆਪਾਂ ਚੱਲਦੇ ਹਾਂ ਜੀ ਫਿਫਥ ਗੇਅਰ ਦੇ ਵਿੱਚ, ਭਾਜੀ ਮੇਰਾ ਬਹੁਤ ਫੇਵਰਟ ਗੇਅਰ ਹੈ, ਚੱਲੀ ਫਿਰ ਆਪਾਂ ਆਓ ਫਿਰ ਭਾਜੀ। ਲੋ ਜੀ ਗੱਡੀ ਆ ਜੀ ਆਪਣੀ 5ਵੇਂ ਗੇਅਰ 'ਚ, ਹਾਂਜੀ ਇਹ ਬਹੁਤ ਹੀ ਘੈਂਟ ਗੇਅਰ ਕਿਉਂਕਿ ਇੱਥੇ ਫਨ ਸ਼ਨ ਦਾ ਮਾਹੌਲ ਬਣ ਜਾਂਦਾ। ਸਭ ਤੋਂ ਪਹਿਲਾਂ ਤਾਂ ਭਾਜੀ ਹੁਣ ਗੱਡੀ 5ਵੇਂ ਗੇਅਰ 'ਚ ਫੁੱਲ
ਅੱਗੇ ਗੁਰਜੈਸ ਬਾਈ ਕੀ ਕਰਨਗੇ? ਅੱਗੇ ਬਸ ਬਹੁਤ ਜਲਦੀ ਐਲਬਮ ਰੈਡੀ ਹੈ ਸਾਡੀ, ਕੀ ਬਾਤ ਹੈ, ਲਾਣੇ ਦਾ ਲਾਣੇ ਦਾ ਸਪੀਡ ਰੈਕੋਰਡਸ ਤੋਂ ਆ ਰਹੀ ਹੈ ਐਲਬਮ। ਮਿਊਜ਼ਿਕ ਭਾਜੀ ਇਹ ਚ ਕਿੰਨਾ ਕਿੰਨਾ ਦਾ ਸਾਨੂੰ? ਮਿਊਜ਼ਿਕ ਇਹ ਚ ਮਿਊਜ਼ਿਕ ਹੈਗਾ ਕੇਵੀ ਸਿੰਘ ਬਾਈ ਹੋਰਾਂ ਦਾ, ਗੋਲਡ ਬੋਏ ਦਾ, ਬਿਲਕੁਲ ਜੀ, ਰੈਂਡੀ ਜੱਸਲ ਦਾ ਤੇ ਸਨੀ ਵਿਕਟਰ ਹੋਰਾਂ ਦਾ। ਕੀ ਬਾਤ ਹੈ, ਬਹੁਤ ਹੀ ਘੈਂਟ, ਮਤਲਬ ਬਲੈਂਡਿੰਗ ਬਹੁਤ ਘੈਂਟ ਚੁਆਇਸ ਹੈ ਮਟੀਰੀਅਲ ਹੈ ਨਾ। ਲਿਰਿਕਸ ਭਾਜੀ ਦੱਸ ਸਕਦੇ? ਲਿਰਿਕਸ ਮੋਸਟਲੀ ਹੈਗੇ ਨੇ ਸਿੰਮੇ ਘੁੰਮਣ ਬਾਈ ਦੇ, ਜਿਨ੍ਹਾਂ ਨੇ ਆਪਣਾ ਤੁਹਾਡਾ ਬੈਲੀਆਂ ਦਾ ਲਾਣਾ ਜੱਟ ਦਾ। ਅੱਛਾ ਭਾਈ, ਐਲਬਮ ਤੋਂ ਇਲਾਵਾ ਸਿੰਗਲ ਕੋਈ ਰੈਡੀ? ਸਿੰਗਲ ਹਜੇ ਸਾਰਾ ਐਲਬਮ ਗਣੀ ਧਿਆਨ ਹੈ, ਬਿਲਕੁਲ ਸਾਰਾ ਐਲਬਮ ਗਣੀ ਧਿਆਨ ਹੈ, ਮਤਲਬ ਐਲਬਮ ਤੋਂ ਬਾਅਦ ਕਾਫੀ ਸਿੰਗਲ ਰੈਡੀ ਨੇ ਉਹ ਵੀ। ਭਾਈ ਉਹਨਾਂ ਨੇ ਇੱਕ ਚੌਥੇ ਗੇਅਰ 'ਚ ਦੱਸਿਆ ਵੀ ਖਾੜਕੂ ਬਾਅਦ ਫਿਲਮ 'ਚ ਐਜ਼ ਅ ਪਲੇਬੈਕ ਆ ਰਹੇ ਨੇ, ਇੱਕ ਭਾਈ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਐਲਬਮ ਰੈਡੀ ਹੈ ਜੀ, ਲੋ ਵੀ ਧਮਾਕੇ ਪੈਣ, ਘੈਂਟ ਘੈਂਟ ਗਾਣੇ ਗੁਰਜੈਸ ਬਾਈ ਦੀ ਘੈਂਟ ਆਵਾਜ਼ 'ਚ ਤੁਹਾਨੂੰ ਸੁਣਨ ਨੂੰ ਜਲਦੀ ਮਿਲਣਗੇ, ਰਾਈਟ ਭਾਈ? ਤੇ ਹੁਣ ਘੈਂਟ ਘੈਂਟ ਗਾਣੇ ਪਹਿਲਾਂ ਆਪਾਂ ਉਰੇ ਸੁਣਦੇ ਹਾਂ ਬਾਅਦ। ਅੱਛਾ ਭਾਜੀ, ਮੈਨੂੰ ਨਾ ਜਿਵੇਂ ਹੈ ਨਾ ਉਹ ਪਹਿਰਾ ਬਹੁਤ ਘੈਂਟ ਸੀਗਾ ਜਿਹੜਾ ਸੀਗਾ ਵੀ ਵਾਹ ਰੱਬਾ ਮੇਰਾ, ਜਿਹੜਾ ਤੁਹਾਡੇ ਵਾਲਾ ਪਹਿਰਾ, ਮੈਂ ਕਹਿੰਦਾ ਇੱਕ ਉਹ ਹੋ ਜੇ, ਫਿਰ ਇਹ ਮੇਰੀ ਚੁਆਇਸ ਦਾ, ਫਿਰ ਮੈਂ ਇੱਕ ਤੁਹਾਡੀ ਚੁਆਇਸ ਦਾ ਆਪਣੇ ਆਪ ਸੀ। ਆ ਜਾਓ ਭਾਜੀ, ਫਿਰ ਉਹ ਇਦਾਂ ਸੀਗਾ ਪਹਿਰਾ, ਮੇਰੇ ਵਾਲਾ ਪਹਿਰਾ ਸੀ ਉਹ। ਐਕਸ਼ਨ ਦੀ ਗਾਣੇ 25 ਕਿੱਲੇ ਪੁੰਦੀ ਜਦ ਮਿਲ ਗਈ ਢੇਰੀ, ਮੈਂ ਅੱਖ ਜੀ ਦੇ ਤੇ ਧਰੀ ਸੀ, ਝੱਟ ਹੋ ਗਈ ਮੇਰੀ। 25 ਕਿੱਲੇ ਪੁੰਦੀ ਜਦ ਮਿਲ ਗਈ ਢੇਰੀ, ਮੈਂ ਅੱਖ ਜੀ ਦੇ ਤੇ ਧਰੀ ਸੀ, ਝੱਟ ਹੋ ਗਈ ਮੇਰੀ। ਉਹ ਪਹਿਲਾਂ ਮੈਂ ਹੁਣ ਮਾਰਦੀ ਮੇਰੇ ਪਿੱਛੇ ਗੇੜੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ, ਵਾਹ ਰੱਬਾ ਮੇਰਿਆ ਮੈਂ ਸਦਕੇ ਤੇਰੇ। ਕੀ ਬਾਤ ਹੈ ਭਾਜੀ, ਭਾਜੀ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਨੇ ਭਾਜੀ, ਬਹੁਤ ਬਹੁਤ ਸੋਹਣਾ ਗਾਣਾ ਸੀ ਤੇ ਹੁਣ ਇਹ ਮੇਰੀ ਚੁਆਇਸ ਤੋਂ ਸੀ, ਹੁਣ ਤੁਸੀਂ ਇੱਕ ਆਪਣੇ ਵੱਲੋਂ ਕੋਈ ਗਾਣਾ ਕਾਫੀ ਜਣਿਆਂ ਨੇ, ਸਰੋਤਿਆਂ ਨੇ ਨਾ ਗਿਲਾ ਸ਼ਿਕਵਾ ਕੀਤਾ ਵੀ ਤੁਸੀਂ ਮੁੰਡਾ ਕਹਿ ਤਾਂ ਕੁੜੀ ਕਹਿ ਸਕਦੇ ਸੀ, ਜਾਂ ਵੀ ਤੁਸੀਂ ਇਹ ਮੁੰਡੇ ਨੂੰ ਪ੍ਰਮੋਟ ਕਰ ਰਹੇ ਹੋ ਵੀ ਭਰੂਣ ਹੱਤਿਆ ਪੰਜਾਬ ਚ ਬਹੁਤ ਜ਼ਿਆਦਾ ਹੋ ਰਹੀ ਹੈ ਇੱਦਾਂ ਕਰਕੇ। ਉਹ ਅਸਲ ਚ ਜਿਹੜਾ ਮੁੰਡਾ ਜੱਟ ਦਾ ਗੀਤ ਸੀਗਾ ਉਹ ਦੋ ਹਿੱਸਿਆਂ ਚ ਸੀਗਾ, ਡਿਊਟ ਸੌਂਗ ਸੀਗਾ, ਮੈਂ ਡਿਊਟ ਸੌਂਗ ਗਾਉਂਦਾ ਨੀ ਹੈਗਾ ਤੇ ਉਹਦੇ ਕਰਕੇ ਸੀ ਮੁੰਡਾ ਜੱਟ ਦਾ ਸੀ ਦੋ ਹਿੱਸਿਆਂ ਚ। ਡਿਊਟ ਸੌਂਗ ਕਿਉਂ ਨਹੀਂ ਗਾਉਂਦੇ ਇਹ ਚੀਜ਼ ਕਿਉਂ? ਡਿਊਟ ਸੌਂਗ ਪਤਾ ਕੀ, ਪਹਿਲਾ ਸਾਰੇ ਸੋਲੋ ਟਰੈਕ ਆਏ ਹੋਏ ਨੇਗੇ, ਮੰਨ ਲਓ ਮੈਂ ਡਿਊਟ ਸੌਂਗ ਕਰਤਾ, ਡਿਊਟ ਸੌਂਗ ਚੱਲ ਗਿਆ, ਉਦੋਂ ਬਾਅਦ ਫਿਰ ਖਾੜਿਆਂ ਤੇ ਲੋਕ ਕਿਆ ਕਰਨਗੇ ਬੀਬੀ ਕਿੱਥੇ ਹੋਣੀ, ਠੀਕ ਹੈ ਫਿਰ ਜੇ ਨਹੀਂ ਭਾਈ ਕੋਈ ਚੱਕਰ ਹੀ ਨਹੀਂ, ਗਾਣੇ ਨਹੀਂ ਗਾਂਦੇ ਵੀ ਉਹ ਦੱਸੋ ਭਾਈ ਗਾਣਾ ਜਿਹੜਾ। ਫਿਰ ਅਸੀਂ ਦੋ ਹਿੱਸਿਆਂ ਚ ਵੰਡਤਾ, ਮੁੰਡਾ ਜੱਟ ਦਾ ਪਹਿਲਾ ਕਰਤਾ ਸੀ, ਉਹਦਾ ਪਾਰਟ 2 ਹੈ ਧੀ ਜੱਟੀ ਦੀ। ਉਹ ਭਾਈ ਤੁਸੀਂ ਉਹ ਮਤਲਬ ਉਹ ਮੇਰੇ ਗਿਆ, ਠੀਕ ਹੈ ਹਾਂਜੀ, ਉਹ ਬਸ ਬਹੁਤ ਜਲਦੀ ਬਹੁਤ ਹੀ ਜਲਦੀ ਰਿਲੀਜ਼ ਹੋ ਜਾਣਾ, ਮੈਂ ਕਹਿੰਦਾ ਹੁਣ ਰਿਲੀਜ਼ ਤਾਂ ਹੋਊਗਾ ਹੋਊਗਾ ਭਾਜੀ, ਹੁਣ ਆ ਜਾਣਾ ਉਹਦੇ। ਹਾਂਜੀ, ਲੋ ਵੀ ਹੇਅਰ ਵੀ ਹੈਵ ਐਕਸਕਲੂਸਿਵ ਗੁਰਜੈਸ ਬਾਈ ਵਿਦ ਧੀ ਜੱਟੀ ਦੀ। ਹਾਂਜੀ, ਉਹ ਕੁੜੀ ਕੀ ਕਹਿੰਦੀ ਹੈ, ਵੇ ਪੈੜ ਤੇਰੀ ਵਿੱਚ ਪੈੜ ਧਰਿਆ ਕਰੂੰ, ਤੇਰੇ ਸਾਹਾਂ ਦਾ ਹੁੰਗਾਰਾ ਵੀ ਮੈਂ ਭਰਿਆ ਕਰੂੰ, ਪੈੜ ਤੇਰੀ ਵਿੱਚ ਪੈੜ ਧਰਿਆ ਕਰੂੰ, ਤੇਰੇ ਸਾਹਾਂ ਦਾ ਹੁੰਗਾਰਾ ਵੀ ਮੈਂ ਭਰਿਆ ਕਰੂੰ। ਕਾਕੇ ਤੇ ਕਾਕੀ ਦੀ ਜਦੋਂ ਜੋੜੀ ਬਣ ਗਈ, ਕਾਕੇ ਤੇ ਕਾਕੀ ਦੀ ਜਦੋਂ ਜੋੜੀ ਬਣ ਗਈ, ਪੂਰੀ ਹੋ ਜੂ ਰੀਝ ਵੇ ਰਵਾਜਾਂ ਪੱਟੀ ਦੀ, ਮੈਂ ਵੀ ਤੇਰੇ ਪਿੱਛੇ ਪਹਿਲਾਂ ਪਾਉਂਦੀ ਆਉਂਗੀ, ਵੇ ਚੱਕ ਤੁਰੇਗਾ ਕਨੇੜੇ ਜਦੋਂ ਧੀ ਜੱਟੀ ਦੀ। ਬਹੁਤ ਹੀ ਪਿਆਰਾ ਗਾਣਾ ਭਾਜੀ, ਇੱਕ ਸਮਾਜ ਨੂੰ ਸੇਧ ਦੇਣ ਵਾਲਾ ਗਾਣਾ, ਬਹੁਤ ਹੀ ਘੈਂਟ ਗਾਣਾ। ਸੋ ਹੁਣ ਭਾਜੀ ਆਪਾਂ ਚੱਲਦੇ ਹਾਂ ਜੀ ਰਿਵਰਸ ਗੇਅਰ ਤੇ, ਇੱਕ ਸਰਪ੍ਰਾਈਜ਼ ਐਲੀਮੈਂਟ। ਜਾਣ ਤੋਂ ਪਹਿਲਾਂ ਭਾਜੀ ਤੁਹਾਨੂੰ ਇੱਕ ਗੱਲ ਦੱਸਦਾ, ਰਿਵਰਸ ਗੇਅਰ ਦੀ ਮੈਂ ਤੁਹਾਨੂੰ ਪਸੰਦ ਕਰਦਾ, ਫੈਨਸ ਪਸੰਦ ਕਰਦੇ ਨੇ, ਇਹਨਾਂ ਨੂੰ ਛੱਡ ਦਿਓ, ਤੁਹਾਨੂੰ ਕ੍ਰਿਟੀਕਲੀ ਜੱਜ ਕਰਾਂਗੇ ਜੋ ਵੀ ਤੁਸੀਂ ਕੀਤਾ ਅੱਜ ਤੱਕ, ਰਾਈਟ? ਜੋ ਵੀ ਕੀਤਾ, ਅਸੀਂ ਕੋਈ ਵੀ ਪੁਆਇੰਟ ਤੁਹਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਚੱਕ ਸਕਦੇ ਹਾਂ, ਪਰ ਇਹ ਤੁਹਾਡੀ ਚੁਆਇਸ ਹੈ, ਜਾਣਾ ਚਾਹੁੰਦੇ ਹੋ ਕਿ ਨਹੀਂ, ਜਾਂ ਹੈਂਡ ਬ੍ਰੇਕ ਖਿੱਚ ਕੇ ਇੰਟਰਵਿਊ ਖਤਮ ਕਰੀਏ, ਜਾਂ ਆਪਾਂ ਰਿਵਰਸ ਗੇਅਰ ਤੇ ਚੱਲੀਏ? ਨਹੀਂ ਆਪਾਂ, ਪਤਾ ਕੀ ਹੈ, ਮੈਂ ਹਮੇਸ਼ਾ ਸ਼ੋਅਜ਼ ਤੇ ਇਹ ਗੱਲ ਕਹਿੰਦਾ ਹੁੰਦਾ ਗਾ, ਮੈਂ ਇੱਕ ਦੋ ਵਾਰੀ ਸਾਡੀਆਂ ਗੱਲਾਂ ਹੋਈਆਂ ਹੁੰਦੀਆਂ, ਮੈਂ ਨਾ ਮੈਂ ਕਦੇ ਬਹੁਤ ਘੱਟ ਸੀ ਕੋਈ ਮੇਰੀ ਫੋਟੋ ਜਾਂ ਸਟੇਜ ਤੇ, ਤਾਂ ਮਤਲਬ ਵੀ ਕਦੇ ਨੀ ਹੋਇਆ ਵੀ ਤੁਸੀਂ ਮੈਨੂੰ ਚਸ਼ਮਿਆਂ ਨਾਲ ਦੇਖਿਆ ਹੋਵੇ, ਓਦਾਂ ਚਲੋ ਰੂਟੀਨ ਚ ਲਾ ਲੇ ਸਟੇਜ ਤੇ ਨੀ ਲਾਉਂਦਾ ਮੈਂ। ਮੇਰੇ ਕਈ ਵਾਰ ਮਿੱਤਰ ਗੱਲ ਕਰਦੇ ਵੀ ਸਟੇਜ ਤੇ ਲਾ ਕੇ ਚੱਲ ਚਸ਼ਮੇ, ਵੀ ਤੂੰ ਕਿਉਂ ਨੀ ਲਾਉਂਦਾ, ਵੀ ਸਾਰੇ ਲਾਉਂਦੇ, ਸੋਹਣਾ ਲੱਗਦਾ। ਮੈਂ ਕਿਹਾ ਮੈਂ ਕਿਹੜਾ ਕੋਈ ਮਾੜਾ ਗਾਣਾ ਗਾਇਆ, ਕੀ ਬਾਤ ਹੈ ਭਾਈ, ਅੱਖਾਂ 'ਚ ਸੱਚਾਈ ਰੱਖਣੀ ਹੈ। ਆਓ ਫਿਰ ਭਾਜੀ ਆਪਾਂ ਰਵਰਦੇ, ਤੁਸੀਂ ਇਕੱਲੇ ਪਾਓ, ਮੈਂ ਨੀ ਪਾਉਂਦਾ ਭਾਜੀ, ਕਿਉਂਕਿ ਤੁਸੀਂ ਦੇਣੇ ਆਨਸਰ। ਲੋ ਜੀ, ਰਿਵਰਸ ਗੇਅਰ ਤੇ ਗੱਡੀ ਆਪਣੀ ਆ ਗਈ ਹੈ, ਬਹੁਤ ਫੰਕਸ਼ਨ ਹੋ ਗਿਆ ਹੁਣ ਆਪਾਂ ਭਾਜੀ, ਗੱਲ ਹੈ ਨਾ ਤੁਰਦੀ ਹੈ ਇੰਚ ਦੀ ਕੀ ਗੱਲ, ਰਾਈਟ? ਮੈਨੂੰ ਪਤਾ ਸੀ ਇੱਥੇ ਤੁਰਨਾ, ਬਿਲਕੁਲ। ਦੇਖੋ ਭਾਈ, ਇਹ ਘੈਂਟ ਬੰਦੇ ਨਿਸ਼ਾਨੀ ਹੁੰਦੀ, ਪਹਿਲਾਂ ਹੀ ਪਤਾ ਲਾ ਜਾਂਦਾ ਵੀ ਇਹਨੇ ਕੀ ਪੁੱਛਣਾ। ਹੁਣ ਤੁਹਾਨੂੰ ਪਤਾ ਹੀ ਹੈ ਭਾਜੀ, ਇੱਕ ਐਸਟੈਬਲਿਸ਼ ਸੌਂਗ ਸੀ ਪਹਿਲਾਂ, ਤੁਸੀਂ ਉਹਦਾ ਰੀਮੇਕ, ਮਤਲਬ ਉਹਨੂੰ ਇੱਕ ਐਜ਼ ਐਨ
ਰਿਪਲਾਈ ਕਰਕੇ ਇੱਕ ਪ੍ਰੋਪਰ ਗਾਇਆ ਭਾਜੀ, ਮਤਲਬ ਹੋਰ ਵੀ ਕਈ ਗਾਣੇ ਸੀ ਤੁਸੀਂ ਆਪਣੇ ਲਾਂਚ ਨੂੰ ਕਰ ਸਕਦੀ, ਇਹੀ ਕਿਉਂ ਪਾਰਟੀਕੁਲਰਲੀ? ਪਤਾ ਕੀ ਹੋਇਆ, ਇਹ ਮੈਂ ਕਾ ਬਹੁਤ ਜ਼ਿਆਦਾ ਇੰਟਰਵਿਊਸ 'ਤੇ ਸਟੇਜ 'ਤੇ ਕਹਿ ਦਿੱਤੀ ਇਹ ਗੱਲ, ਅਤੇ ਠੀਕ ਹੈ ਮੈਂ ਸ਼ਰਿਆਂ ਮੰਨਦਾ ਇਹ ਉਹਦਾ ਰਿਪਲਾਈ ਸੀਗਾ, ਮੈਂ ਨਹੀਂ ਕਹਿੰਦਾ ਰਿਪਲਾਈ ਨਹੀਂ ਸੀਗਾ ਜਾਂ ਜੇ ਜੋ, ਜਦੋਂ ਅਸੀਂ ਤਿਆਰੀ ਖਿੱਚ ਲਈ ਵੀ ਗਾਣਾ ਕਰਨਾ ਗਾਣਾ ਕਰਨਾ, ਚਲੋ ਬੱਲੇ ਧਾਲੀ ਵਾਲੇ ਬਾਈ ਕੋਲ ਗਏ, ਬਾਈ ਗਾਣਾ ਸੁਣਾਓ ਜੀ, ਗਾਣੇ ਸੁਣ ਰਹੇ ਸੀ, ਮੀਟਿੰਗਾਂ ਚੱਲ ਰਹੀਆਂ ਸੀ ਗਾਣਿਆਂ ਲਈ, ਮਿਲ ਰਹੇ ਸੀ ਰਾਈਟਰਸ ਨੂੰ ਵੱਖ ਵੱਖ ਨੂੰ, ਅਤੇ ਬੱਲੇ ਧਾਲੀ ਵਾਲੇ ਤੋਂ ਜਦੋਂ ਉੱਠਣ ਲੱਗੇ ਬਾਈ ਕਹਿੰਦਾ ਆਹ ਦੇਖ ਯਾਰ, ਕਹਿੰਦਾ ਇੱਕ ਗਾਣਾ ਲਿਖਿਆ ਗੁਰਜੈਸ, ਕਹਿੰਦਾ ਸੁਣੀ, ਮੈਨੂੰ ਗੱਲ ਬਹੁਤ ਸੋਹਣੀ ਲੱਗੀ, ਮੈਂ ਕਿਹਾ ਬਾਈ ਯਾਰ ਤੁਸੀਂ ਕਰੋ ਵੀ ਆਪਾਂ ਗਾਣਾ ਬਣਾ ਕੇ ਦੇਖਦੇ ਹਾਂ ਨਾ ਵੀ ਸੋਹਣੀ ਗੱਲ ਬਣੂ। ਉਦੋਂ ਭਾਜੀ ਇੱਦਾਂ ਟੈਨਸ਼ਨ ਨਹੀਂ ਸੀ ਵੀ ਯਾਰ ਇਹਦੇ ਨਾਲ ਕੰਟਰੋਵਰਸੀ ਬੜੀ ਕ੍ਰੀਏਟ ਹੋਜੂਗੀ ਜਾਂ ਵੀ ਆਹ ਚੀਜ਼ ਹੋਜੂਗੀ? ਉਦੋਂ ਬਾਈ ਟੈਨਸ਼ਨ ਨਹੀਂ ਸੀ ਕਿ ਉਦੋਂ ਐਂ ਸੀ ਕੰਟਰੋਵਰਸੀ ਦਾ ਫਾਇਦਾ ਹੀ ਹੋਊਗਾ। ਕਿਆ ਬਾਤ ਹੈ ਜੀ, ਬਹੁਤ ਸੱਚੇ ਬੰਦੇ ਨੇ ਬਾਈ। ਠੀਕ ਹੈ ਭਾਜੀ, ਹੁਣ ਮੈਂ ਆ, ਮੈਂ ਆਪ ਨਹੀਂ ਸਾਨੂੰ ਸੱਚਾਈ ਵਾਲੀ ਗੱਲ ਦੱਸਦਾ ਮੈਂ ਕੀ ਸੀ। ਗਾਣਾ ਕੀਤਾ, ਬਿਲਕੁਲ ਜੀ, ਆਡੀਓ ਹਿੱਟ ਹੋਇਆ, ਬਿਲਕੁਲ ਜੀ, ਕੰਪਨੀਆਂ ਮੇਰੇ ਕੋਲ ਆਈਆਂ, ਕੰਪਨੀਆਂ ਆਈਆਂ, ਬਿਲਕੁਲ, ਮੇਰੇ ਤੇ ਪੈਸੇ ਲਾਏ, ਉਹ ਜ਼ਿਆਦਾ ਭੱਜ ਗਈ ਹੋਣੀ ਇਹ ਚੀਜ਼ ਤੋਂ ਆ, ਬਿਲਕੁਲ, ਉਹ ਭੱਜ ਕੇ ਆਏ ਮੇਰਾ। ਤੁਸੀਂ ਇਹ ਗੱਲ ਨੂੰ ਜਿੱਦਣ ਮੇਰਾ ਗਾਣਾ ਰਿਲੀਜ਼ ਹੋਇਆ, 8-10 ਦਿਨਾਂ 10 ਦਿਨ 'ਚ ਮੇਰਾ ਗਾਣੇ ਦਾ ਵੀਡੀਓ ਸ਼ੂਟ ਸੀਗਾ, ਕੰਪਨੀ ਨੇ ਆ ਵੀ ਗਈ, ਮੈਨੂੰ ਸਾਈਨ ਵੀ ਕਰ ਲਿਆ, ਸ਼ੂਟ ਵੀ ਕਰਤਾ, ਸਾਰਾ ਕੁਛ ਹੋ ਗਿਆ। ਵੀ ਉਦੋਂ ਏਦਾਂ ਸੀਗਾ, ਨਿਆਣੀ ਮੱਤ ਲਾ ਲਓ ਜੋ ਵੀ ਲਾ ਲਓ, ਕਿਉਂਕਿ ਮੈਂ ਵੀ ਫਿਰਦਾ ਸੀਗਾ ਵੀ ਕਿਤੇ ਨਾ ਕਿਤੇ ਵੀ ਦਾ ਲੱਗੇ ਭਾਈ, ਬਿਲਕੁਲ ਬਿਲਕੁਲ, ਦਾ ਇਹਦਾ ਸੈਂਸ ਵੀ ਕੋਈ ਨਾ ਕੋਈ ਪ੍ਰੋਡਿਊਸਰ ਮਿਲੇ ਸਾਡੇ ਤੇ ਪੈਸਾ ਲਾਵੇ, ਜੋ ਉਹ ਗਾਣੇ ਨੇ ਫਿਰ ਕੰਮ ਕਰਤਾ ਹੀ ਸੀਗਾ ਜੀ ਭਾਜੀ। ਉਹ ਚਲੋ ਪਹਿਲਾ ਇੰਚ ਵੇਟ ਤੁਹਾਡਾ, ਇੰਚ ਵੇਟ ਇੱਕ, ਫਿਰ ਇੰਚ 3 ਆਇਆ, ਹਣਾ ਵੀ ਕਿੱਲਿਆਂ ਇੰਚ ਦੀ ਗੱਲ, ਕਿੱਲੇ ਦਾ ਛੜਾ, ਮਤਲਬ ਮੈਂ ਤੁਹਾਨੂੰ ਦੱਸਦਾ ਉਹ ਚੀਜ਼ ਨੂੰ ਕਿੱਦਾਂ, ਹੁਣ ਤੁਸੀਂ ਕਿੱਦਾਂ ਲੈਂਦੇ ਹੋ? ਇੰਚ ਨੂੰ ਰਿਪਲਾਈ ਕੀਤਾ ਸਾਡੇ ਵਾਲੇ ਗਾਣੇ ਨੇ, ਤੇ ਮੈਨੂੰ ਰਿਪਲਾਈ ਕੀਤਾ ਘੱਟੋ ਘੱਟ 20 ਇੰਚ 3 ਨਹੀਂ ਆਇਆ, ਕਾਫੀ ਲੰਮੀ ਸੀਰੀਜ਼ ਚੱਲ ਗਈ ਸੀ, ਮੈਂ ਤਾਂ 3 ਤੱਕ ਹੀ ਪਤਾ ਜੀ, ਬਹੁਤ ਲੰਮੀ ਸੀਰੀਜ਼ ਚੱਲ ਗਈ ਸੀ, ਮੈਨੂੰ ਲੱਗਦਾ 10-15 ਇੰਚ 3 ਦਾ ਮੇਰੇ ਫੋਨ 'ਚ ਪਏ ਹੋਣੇ। ਵੀ ਇਹ ਭਾਜੀ ਕਿਉਂ ਹੁੰਦਾ ਵੀ ਭੇਡ ਚਾਲ ਚੱਲ ਪੈਂਦੀ ਇੱਕ ਚੀਜ਼ ਪਿੱਛੇ, ਬੰਦਾ ਪਾਗਰੀ ਵੀ ਤੁਸੀਂ ਕੀਤਾ, ਚਲੋ ਤੁਹਾਡਾ ਵੇਟ ਬਾਈ ਹੋਣਾ ਤਾਂ ਹਿੱਟ ਸੀਗੇ, ਬਾਕੀ 20 ਬੰਦੇ ਮਗਰ ਹੀ ਆ ਗਏ, ਹਨਾ, ਇਹ ਕਿਉਂ, ਮਤਲਬ ਕੀ ਚੀਜ਼ ਹੁੰਦੀ ਹੈ ਭਾਜੀ ਮਨ 'ਚ ਸਿੰਗਰਾਂ ਦੇ? ਪਤਾ ਨਹੀਂ, ਉਹ ਵੀ ਉਹਨਾਂ ਦਾ ਵੀ ਮੇਰੇ ਵਾਲਾ ਸਾਹਿਬ ਹੀ ਹੁੰਦਾ ਹੋਊਗਾ ਵੀ ਚੱਲ ਵੀ ਇਹ ਵੀ ਚੱਲ ਉਹ ਹੋ ਗਿਆ ਵੀ, ਹਾਂ ਇਹਦੀ ਬੇੜੀ 'ਚ ਬਹਿਤਾ ਤਰਜੀਹ ਹੈ ਨਾਲ। ਅੱਛਾ ਭਾਜੀ, ਇੰਚ ਤੋਂ ਖਤਮ ਕਰਦੇ ਹਾਂ, ਤੁਹਾਡਾ ਦੂਜਾ ਗਾਣਾ ਆਇਆ ਭਾਜੀ ਵੈਲੀਆਂ ਦਾ ਲਾਣਾ, ਰਾਈਟ ਭਾਜੀ? ਇਹ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਉਸ ਗਾਣੇ ਨੂੰ, ਪਰ ਇਹ ਗੱਲ ਕਿਤੇ ਮੇਰੀ ਚੋਇਸ 'ਤੇ ਜੁੜੀ ਭਾਜੀ, ਤੁਹਾਨੂੰ ਨਹੀਂ ਲੱਗਦਾ ਵੀ ਉਹ ਗਾਣਾ ਕਿਤੇ ਨਾ ਕਿਤੇ ਅੱਜ ਦੀ ਮੰਡੀਰ ਨੂੰ ਖਰਾਬ ਕਰ ਸਕਦਾ ਵੀ ਵੈਲੀਆਂ ਦੇ ਲਾਣੇ 'ਚ ਰਹੂਗਾ ਗੱਭਰੂ, ਮਾੜਾ ਮੋਟਾ ਦਾ ਰਹੂਗਾ ਰੌੜਾ ਗੌੜਾ ਲੜ, ਇਹ ਕਿਹੜਾ ਲਾਣਾ ਪਹਿਲਾਂ ਦਾ, ਅਤੇ ਕਿਉਂ ਭਾਜੀ, ਮਤਲਬ ਤੁਹਾਨੂੰ ਲੱਗਦਾ ਕਿ ਨਹੀਂ ਵੀ ਇਹ ਚੀਜ਼ ਕਿਤੇ ਨਾ ਕਿਤੇ ਕਰੂਗੀ? ਮਤਲਬ ਮੈਂ ਤੁਹਾਨੂੰ ਉਹੀ ਗੱਲ ਦੱਸ ਦਾਂਗਾ, ਤੁਸੀਂ ਮੇਰਾ ਭਾਵੇਂ ਇੰਚ ਦੀ ਕੀ ਗੱਲ ਗਾਣਾ ਸੀਗਾ, ਭਾਵੇਂ ਵੈਲੀਆਂ ਦਾ ਲਾਣਾ ਗਾਣਾ ਸੀਗਾ, ਲਿਰਿਕਸ ਭਾਵੇਂ ਉਹਦੀ ਮੇਨ ਲਾਈਨ ਸਿਰਫ ਮੇਨ ਲਾਈਨ ਸੀ, ਗਾਣੇ ਦੇ ਸਾਰੇ ਗਾਣੇ ਦੇ ਵਿੱਚ ਕਿਤੇ ਵੀ ਐਂ ਨਹੀਂ ਕਿਹਾ ਵੀ ਤੂੰ ਚੱਕ ਦੇ ਹਥਿਆਰ, ਹਾਂ ਹਾਂ ਐਂ ਕਰਦੇ, ਜਾਂ ਕਿਤੇ ਵੀਡੀਓ 'ਚ ਕੋਈ ਵੀ ਸ਼ੋਟ ਏਦਾਂ ਦਾ ਨਹੀਂ ਸੀਗਾ ਵੀ ਜਿਹੜਾ ਗਾਣੇ ਇੱਕ ਹੋਰ ਜੁੜਦਾ ਦੋ ਰੌਲੇ, ਹਨਾ, ਮੁੱਛਦਾ ਤੇ ਇੱਕ ਵੱਟ ਦਾ, ਇਹ ਭਾਜੀ ਜੱਟਾਂ ਨੂੰ ਇਹੀ ਕੰਮ, ਮੈਂ ਕਹਿੰਦਾ ਵੀ ਮੁੱਛਦਾ ਤੇ ਵੱਟ ਹੋਰ ਵੀ ਕੰਮ ਨੇ, ਪਰ ਤੁਸੀਂ ਉਹ ਚੀਜ਼ ਗਾਈ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਗਾਣੇ ਦੀ ਵੀਡੀਓ ਤੁਸੀਂ ਦੇਖੋ, ਮੈਂ ਨਾ ਕੋਈ, ਮੈਂ ਵਾਰ ਵਾਰ ਕਹਿਣਾ ਮੇਰੀ ਕੋਈ ਵੀ ਵੀਡੀਓ ਅੱਜ ਤੱਕ ਨਾ ਕਦੇ ਇੱਦਾਂ ਦੀ ਆਈ ਜਿਹੜੀ ਆਪਾਂ ਪਰਿਵਾਰ 'ਚ ਬਹਿ ਕੇ ਨਾ ਦੇਖ ਸਕੀਏ, ਨਾ ਹੀ ਕਦੇ ਮੈਂ ਵਾਅਦਾ ਕਰਦਾ ਹੋਊਗੀ। ਦੋ ਰੋਲੇ ਵੀ ਸੀਗਾ ਉਹਦੇ ਵਿੱਚ ਵੀ, ਉਹ ਜਾਇਜ਼ ਦਿਖਾਏ ਵੀ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀਗਾ, ਉਹਨਾਂ ਦੀ ਜ਼ਮੀਨ ਉਹਨਾਂ ਨੇ ਦੱਬੀ ਸੀਗੀ, ਏਦਾਂ ਦਾ ਕੋਈ ਸਿਸਟਮ ਸੀਗਾ। ਠੀਕ ਹੈ ਜੀ, ਵੀ ਆਪਾਂ ਕਦੇ ਵੀ ਹੁੱਲੜਬਾਜ਼ੀ ਨਹੀਂ ਆਪਾਂ ਪ੍ਰਮੋਟ ਕੀਤੀ, ਨਾ ਆਪਾਂ ਕਦੇ ਕਰਦੇ। ਚਲੋ ਭਾਜੀ, ਇਹ ਗੱਲਾਂ ਤੁਹਾਨੂੰ ਪੁੱਛਦੀਆਂ, ਹਨਾ, ਮੈਂ ਪੁੱਛਦਾ ਤੇ ਭਾਜੀ, ਹੁਣ ਗੱਲ ਆਉਂਦੀ ਹੈ ਕੁਐਸਚਨ ਆਨਸਰ ਭਾਜੀ ਉਹ ਕਰ ਚੁੱਕੇ ਨੇ ਉਹ ਚੀਜ਼ ਦਾ ਕਿ ਮੁੰਡਾ ਜੱਟ ਦਾ ਗਾਇਆ, ਰਾਈਟ, ਤੇ ਉਹ ਧੀ ਜੱਟ ਦਾ ਬਾਈ ਹੁਣੀ ਕੱਢ ਰਹੇ ਨੇ ਗਾਣਾ, ਇਹ ਚੀਜ਼ ਕਲੀਅਰ ਬਾਈ ਹੁਣੀ ਚੌਥੇ ਗੇਅਰ 'ਚ ਕਰ ਚੁੱਕੇ, ਸੋਰੀ ਫਿਫਥ ਗੇਅਰ 'ਚ ਕਰ ਚੁੱਕੇ ਨੇ ਕਿ ਇਹਨਾਂ ਦਾ ਧੀ ਜੱਟੀ ਦੀ ਗਾਣਾ ਆਉਣਾ ਭਾਜੀ। ਹੁਣ ਇੱਕ ਲਾਸਟ ਕੁਐਸਚਨ ਪੁੱਛਦਾ, ਗੁਰਜੈਸ ਬਾਈ, ਮਤਲਬ ਵੀ ਹੁਣ ਆਪਾਂ ਕਿਸੇ ਨੂੰ ਸੁਧਾਰ ਨਹੀਂ ਸਕਦੇ, ਰਾਈਟ, ਪਰ ਤੁਹਾਡੇ ਗਾਣਿਆਂ ਤੋਂ ਕੋਈ ਵਿਗੜ ਰਿਹਾ ਇਹਦੇ ਬਾਰੇ ਕੀ ਕਹੋਗੇ? ਸਿਰਫ ਆਪਣੇ ਮੈਟਰ ਨੂੰ ਤੇ ਤੁਸੀਂ ਆਪਣੇ ਆਪ ਦਿਲ ਨੂੰ ਪੁੱਛੋ ਇਹਦਾ ਆਨਸਰ, ਕਿ ਤੁਸੀਂ ਕਿਹੜੇ ਗਾਣੇ ਨੂੰ ਕਹਿੰਦੇ ਹੋ ਵੀ ਉਹ ਕਿਹੜੇ ਗਾਣੇ ਨੇ? ਮੈਂ ਜਿੰਨਾ ਵੀ ਕੰਮ ਕੀਤਾ ਭਾਜੀ ਤੁਸੀਂ, ਮਤਲਬ ਵੀ ਤੁਹਾਡਾ ਉਹ ਲਾਈਨ ਨਹੀਂ ਹੁੰਦੀ ਜਿਹੜੀ ਇੱਕ ਵੀ ਉਦੋਂ ਥੱਲੇ ਦਾ ਨਹੀਂ ਤੁਸੀਂ ਜਾ ਰਹੇ, ਜਾਂ ਮਤਲਬ ਉਹ ਚੀਜ਼ ਮੈਨੂੰ ਨਹੀਂ ਲੱਗਦਾ ਵੀ ਮੇਰੇ ਗਾਣੇ ਤੋਂ ਕੋਈ ਗਲਤ ਸੇਧ ਜਾਂਦੀ ਹੋਊਗੀ, ਕਿਉਂਕਿ ਕਦੇ ਵੀ ਮੈਂ ਕਹਿੰਦਾ ਬਹੁਤ ਗਾਣੇ ਹੋਏ ਨੇ ਇੰਡਸਟਰੀ 'ਚ, ਬਹੁਤ ਚੰਗੇ ਗਾਣੇ ਵੀ ਆਉਂਦੇ ਨੇ, ਬਹੁਤ ਮਾੜੇ ਗਾਣੇ ਵੀ ਆਉਂਦੇ ਨੇ, ਪਰ ਤੁਸੀਂ ਮੇਰੀ ਵੀਡੀਓ 'ਚ ਕਿਤੋਂ ਵੀ ਨਹੀਂ ਕਿਸੇ ਉਹਨੂੰ ਵੀ ਨਹੀਂ ਕਹਿ ਸਕਦੇ ਵੀ ਤੁਹਾਡੀ ਇਹ ਗੱਲ ਨੂੰ ਦੇਖ ਕੇ ਲੋਕਾਂ ਨੇ। ਨਾਲੇ ਭਾਜੀ ਇੱਕ ਗੱਲ ਹੈ ਨਾ, ਇੱਕ ਉਹ ਚੀਜ਼ ਹੁੰਦੀ ਹੈ ਜਿਵੇਂ ਤੁਹਾਡਾ ਮੁੰਡਾ ਜੱਟ ਦਾ ਬਹੁਤ ਹੀ ਪਰਿਵਾਰਿਕ ਗਾਣਾ, ਰਾਈਟ, ਉਹ ਮਤਲਬ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਉਹੀ ਸਭ ਤੋਂ ਵੱਡਾ ਤੁਹਾਡੇ ਲਾਈਫ ਦਾ ਅੱਜ ਤੱਕ ਦਾ ਹਿੱਟ ਹੈ, ਰਾਈਟ, ਤੁਹਾਨੂੰ ਲੱਗਦਾ ਵੀ ਆਹ ਗਾਣੇ ਜ਼ਿਆਦਾ ਚੱਲਦੇ ਨੇ ਵੀ ਵੈਲੀਆਂ ਦੇ ਲਾਣੇ ਨੂੰ ਆਪਾਂ ਦੋ ਰੌਲਿਆਂ ਨੂੰ ਵੀ ਮੰਡੀਰ ਨੂੰ ਛੱਡ ਕੇ ਆਹ ਗਾਣੇ 'ਚ ਜ਼ਿਆਦਾ ਫੋਕਸ ਰਹੇ?
ਮੈਂ ਕਹਿੰਦਾ ਹਰ ਤਰ੍ਹਾਂ ਦੀ ਚੀਜ਼ ਗਾਓ ਮੇਰੀ ਐਲਬਮ ਹਰੀ ਐਲਬਮ ਦੇ ਵਿੱਚ ਹਰ ਤਰ੍ਹਾਂ ਦਾ ਫਲੇਵਰ ਆ ਬਿਲਕੁਲ ਬੈਲੀਆਂ ਦੇ ਲਾਣੇ ਟਾਈਪ ਵੀ ਚੀਜ਼ਾਂ ਨੇ ਮੁੰਡਾ ਜੱਟ ਦੇ ਟਾਈਪ ਵੀ ਚੀਜ਼ਾਂ ਨੇ ਸੋਰੀ ਤੇ ਪਰਿਵਾਰਕ ਚੀਜ਼ਾਂ ਵੀ ਮੁੰਡਾ ਜੱਟ ਦਾ ਪਰਿਵਾਰਕ ਗੀਤ ਸੀ ਮੇਰਾ ਧੀ ਜੱਟੀ ਦੀ ਪਰਿਵਾਰਕ ਗੀਤ ਬਹੁਤ ਘੈਂਟ ਗਾਣਾ ਆਉਣ ਵਾਲਾ ਇੱਕ ਆ ਰਿਹਾ ਯਾਰੀ ਤੇਰੀ ਉਹ ਵੀ ਬਿਲਕੁਲ ਪਰਿਵਾਰਕ ਗਾਣਾ ਹੈਗਾ ਵੀ ਹਰ ਤਰ੍ਹਾਂ ਦਾ ਫਲੇਵਰ ਆ ਪਰ ਮੈਂ ਕਦੇ ਤੁਸੀਂ ਮੇਰੀ ਵੀਡੀਓ ਦੇਖੋ ਤੁਸੀਂ ਮੈਨੂੰ ਕਦੇ ਵੀ ਫੋਨ ਕਰਕੇ ਕਹਿ ਦਿਓ ਗੁਜਾਜ ਵੀਰੇ ਉਹ ਸ਼ਾਰਟ ਸੀਗਾ ਉਹ ਚ ਤੂੰ ਗੱਲੜਬਾਜ਼ੀ ਕਰਦਾ ਉਹ ਚ ਪੂਰਾ ਕੰਫੀਡੈਂਸ ਹੈ ਵੀ ਕਦੀ ਗਲਤ ਨਹੀਂ ਕਰਾਂਗੇ ਲੋ ਜੀ ਬਾਈ ਨਾਲ ਗੱਲਾਂ ਕਰਕੇ ਬਹੁਤ ਮਜ਼ਾ ਆਇਆ ਬਾਈ ਨੇ ਬਹੁਤ ਹੀ ਸੱਚੇ ਸੱਚੇ ਆਨਸਰ ਦਿੱਤੇ ਬਾਈ ਇੱਕ ਤਾਂ ਘੈਂਟ ਮਾਲ ਆਵਾਜ਼ ਦੇ ਮਾਲਕ ਤਾਂ ਹੈ ਹੀ ਨੇ ਬਾਈ ਘੈਂਟ ਨੇਚਰ ਦੇ ਵੀ ਮਾਲਕ ਨੇ ਬਹੁਤ ਮਜ਼ਾ ਆਇਆ ਭਾਜੀ ਸੋ ਬਾਈ ਨੂੰ ਦੇਖਣਾ ਨਾ ਭੁੱਲਿਓ ਸਾਡਾ ਜਿਹਦਾ ਨਾਮ ਹੈ ਭਾਜੀ ਦੋ ਗੱਲਾਂ ਕਾਰ ਸੋ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਤੇਜ਼ ਕਰਨਾ ਭਾਜੀ ਦੂਰ ਕਰ ਤੇਜ਼ ਕਰ ਲਓ ਰਿਕਾਰਡਿੰਗ ਵੇਲੇ ਸਲੋ ਕਰਨਾ ਹਾਂ ਹਮ ਸਪੌਂਸਰ ਹੈ ਨਹੀਂ ਭਾਈ ਤੇ ਐਕਸ਼ਨ ਲੈਣੇ ਭਾਜੀ ਵੈਲੀਆਂ ਦੇ ਲਾਣੇ ਤੋਂ ਲਈਏ ਭਾਜੀ ਠੀਕ ਹੈ ਜੀ ਕੋਈ ਨਹੀਂ ਬਾਬਾ ਸਪੌਂਸਰ ਵੀ ਜੜਾ ਦੂਗਾ ਐਵੇਂ ਕਰਿਆ ਨਾ ਕਰ ਮਨ ਹੌਲਾ ਲੜੇ ਬੈਲੀਆਂ ਦੇ ਲਾਣੇ ਚੋਂ ਸੁਣੀ ਦਾ ਗੱਭਰੂ ਮਾੜਾ ਮੋਟਾ ਤਾਂ ਰਹੂਗਾ ਰੌਲਾ ਗੌਲਾ ਲੜੇ।